ਅਸੀਂ ਸ਼ਬਦ ਤੇ ਸਾਰੇ ਪੜ੍ਹਦੇ ਹਾਂ, ਸੁਣਦੇ ਵੀ ਹਾਂ, ਗੁਰਦੁਆਰੇ ਆ ਜਾਂਦਾ ਹੈ, ਪਰ ਜੋ ਮੇਨ ਗੱਲ ਹੈ ਉਹ ਹੈ ਉਸਨੂੰ ਆਪਣੇ ਜੀਵਨ ਦੇ ਵਿੱਚ ਅਪਲਾਈ ਕਰਨਾ, ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ। ਹੁਣ ਅਸੀਂ ਵਿਚਾਰ ਕਰਾਂਗੇ ਕਿ ਅਸੀਂ ਜੋ ਗੁਰਬਾਣੀ ਵਿੱਚ ਰੋਜ਼ ਪੜ੍ਹਦੇ ਹਾਂ ਜਾਂ ਸੁਣਦੇ ਹਾਂ, ਕਿ ਅਸੀਂ ਉਸਨੂੰ ਆਪਣੇ ਜੀਵਨ ਦੇ ਵਿੱਚ ਯਥਾਰਥ ਜਾਂ ਪੂਰੀ ਰੀਤੀ ਧਾਰਨ ਕਰ ਪਾਉਂਦੇ ਹਾਂ, ਜਾਂ ਅਸੀਂ ਕਿਤੇ ਨਾ ਕਿਤੇ ਲੈਣ ਕਰਦੇ ਹਾਂ, ਜਾਂ ਕਿਤੇ ਨਾ ਕਿਤੇ ਸਾਡੇ ਵਿੱਚ ਇਹ ਕਮੀ ਹੈ ਕਿ ਅਸੀਂ ਉਸਨੂੰ ਪੂਰਾ ਧਾਰਨ ਨਹੀਂ ਕਰਦੇ ਹਾਂ, ਜਿਸ ਕਰਕੇ ਹੀ ਅਸੀਂ ਦੁਖੀ ਰਹਿੰਦੇ ਹਾਂ, ਪਰੇਸ਼ਾਨ ਰਹਿੰਦੇ ਹਾਂ, ਕਲਾ ਕਲੇਸ਼ ਦੇ ਵਿੱਚ ਰਹਿੰਦੇ ਹਾਂ। ਸੁਖਮਨੀ ਸਾਹਿਬ ਦੀ ਸ਼ੁਰੂਆਤ ਅਗਰ ਅਸੀਂ ਦੇਖੀਏ ਤੇ ਉਹ ਇਹਨਾਂ ਪੰਕਤੀਆਂ ਤੋਂ ਹੁੰਦੀ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਨੇ ਮਿਟਾਓ। ਅਗਰ ਅਸੀਂ ਦੇਖੀਏ ਆਪਣੀ ਜ਼ਿੰਦਗੀ ਦੇ ਵਿੱਚ ਕਿ ਸਾਡੇ ਕੋਲ ਉਹ ਸੁੱਖ, ਉਹ ਸ਼ਾਂਤੀ, ਉਹ ਆਤਮਿਕ ਸੁੱਖ, ਆਤਮਿਕ ਸ਼ਾਂਤੀ ਕੀ ਸਾਡੇ ਜੀਵਨ ਦੇ ਵਿੱਚ ਉਹ ਹੈ, ਅਗਰ ਉਹ ਮਿਸਿੰਗ ਹੈ ਤਾਂ ਡੈਫੀਨੇਟਲੀ ਗੁਰੂ ਸਾਹਿਬ ਕਹਿੰਦੇ ਨੇ ਕਿ ਸਿਮਰੋ ਸਿਮਰ ਸਿਮਰ ਸੁੱਖ ਪਾਓ, ਪਰਮਾਤਮਾ ਨੂੰ ਸਿਮਰਨਾ ਹੈ, ਕਿਉਂਕਿ ਅੱਜ ਦਾ ਜੋ ਸਮਾਂ ਹੈ ਇਸ ਸਮੇਂ ਦੇ ਵਿੱਚ, ਕਲਯੁਗ ਦੇ ਸਮੇਂ ਦੇ ਵਿੱਚ ਕਲ ਕਲੇਸ਼ ਜੋ ਹੈ ਉਹ ਆਪਣੀ ਚਰਮ ਸੀਮਾ ਤੇ, ਹਰ ਘਰ ਦੇ ਵਿੱਚ ਜਾਂ ਕਹੀਏ ਹਰ ਆਤਮਾ ਜੋ ਹੈ ਦੁਖੀ ਹੈ, ਪਰੇਸ਼ਾਨ ਹੈ, ਕਿਤੇ ਨਾ ਕਿਤੇ ਜੋ ਆਤਮਿਕ ਸ਼ਾਂਤੀ, ਆਤਮਿਕ ਸੁੱਖ ਹਰ ਆਤਮਾ ਨੂੰ, ਹਰ ਮਨੁੱਖ ਨੂੰ ਚਾਹੀਦਾ ਹੈ, ਉਹ ਕਿਤੇ ਨਾ ਕਿਤੇ ਮਿਸਿੰਗ ਹੈ। ਜਦੋਂ ਅਸੀਂ ਗੁਰਦੁਆਰੇ ਆਉਂਦੇ ਹਾਂ ਤੇ ਆਪਣਾ ਅਗਰ ਅਸੀਂ ਟੀਚਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਤੇ ਅਗਰ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ ਇੱਕ ਸਟੱਡੀ ਹੈ, ਗੁਰੂ ਗ੍ਰੰਥ ਸਾਹਿਬ ਨੂੰ ਵਿਚਾਰਨਾ ਇਹ ਉਸ ਤਰ੍ਹਾਂ ਹੈ ਜਿਸ ਤਰ੍ਹਾਂ ਕਿ ਕੋਈ ਆਪਣੀ ਲੌਕਿਕ ਪੜ੍ਹਾਈ ਪੜ੍ਹਦਾ, ਜਿਸ ਤਰ੍ਹਾਂ ਅਸੀਂ ਕੋਈ ਡਿਗਰੀ ਵਾਸਤੇ ਪੜ੍ਹਦੇ ਹਾਂ, ਜਿਵੇਂ ਅਗਰ ਕੋਈ ਉਦਾਹਰਣ ਦੇ ਤੌਰ 'ਤੇ ਕੋਈ MBBS ਦੀ ਸਟੱਡੀ ਕਰ ਰਿਹਾ ਡਾਕਟਰ ਬਣਨ ਦੇ ਲਈ, ਤੇ ਕੀ ਉਹ MBBS ਦੀ ਸਟੱਡੀ ਕਰਨ ਤੋਂ ਬਾਅਦ, ਥਿਓਰੀ ਪੜ੍ਹਨ ਤੋਂ ਬਾਅਦ ਡਾਕਟਰ ਬਣ ਪਾਏਗਾ? ਜਦ ਤੱਕ ਉਸਨੂੰ, ਜਦ ਤੱਕ ਉਸ ਮਨੁੱਖ ਨੇ ਇੱਕ ਸਾਲ ਦਾ ਪ੍ਰੈਕਟੀਕਲ ਨਹੀਂ ਕੀਤਾ, ਪੇਸ਼ੈਂਟਸ ਨੂੰ ਆਪਣੇ ਹੱਥੀਂ ਕਿਉਰ ਨਹੀਂ ਕੀਤਾ, ਉਸ ਸਮੇਂ ਤੱਕ ਪ੍ਰੈਕਟੀਕਲ ਜਦ ਤੱਕ ਨਹੀਂ ਕੀਤਾ ਉਸ ਸਮੇਂ ਤੱਕ ਉਸਨੂੰ ਡਿਗਰੀ ਨਹੀਂ ਮਿਲਦੀ, ਭਾਵੇਂ ਉਹ ਕੋਈ ਵੀ ਡਿਗਰੀ ਹੋਵੇ। ਇਗਜ਼ਾਮਪਲ ਦੇ ਤੌਰ 'ਤੇ ਜਦ ਤੱਕ ਉਹ ਪ੍ਰੋਜੈਕਟ ਜਾਂ ਅਸਾਈਨਮੈਂਟ ਜਾਂ ਪ੍ਰੈਕਟੀਕਲ ਉਹ ਨਹੀਂ ਕਰਦਾ ਉਸ ਸਮੇਂ ਤੱਕ ਉਸਨੂੰ ਉਹ ਡਿਗਰੀ ਮਿਲ ਹੀ ਨਹੀਂ ਸਕਦੀ। ਅਗਰ ਅਸੀਂ ਗੁਰਬਾਣੀ ਪੜ੍ਹਦੇ ਹਾਂ ਅਤੇ ਅਸੀਂ ਥਿਊਰੀ ਪੜ੍ਹ ਰਹੇ ਹਾਂ, ਅਗਰ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਹਾਂ ਅਸੀਂ ਥਿਊਰੀ ਪੜ੍ਹ ਰਹੇ ਹਾਂ, ਯਕੀਨ ਜਾਣਨਾ ਸਾਧ ਸੰਗਤ ਜੀ, ਅਗਰ ਅਸੀਂ ਜਪਜੀ ਸਾਹਿਬ ਦਾ ਪਾਠ ਵੀ ਕਰ ਰਹੇ ਹਾਂ ਅਸੀਂ ਥਿਊਰੀ ਪੜ੍ਹ ਰਹੇ ਹਾਂ,
ਜਦ ਤੱਕ ਅਸੀਂ ਉਸ ਦਾ ਸਰੂਪ ਨਹੀਂ ਪੜ ਰਹੇ, ਉਸ ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਅਪਲਾਈ ਨਹੀਂ ਕਰ ਰਹੇ, ਤਦ ਤੱਕ ਅਸੀਂ ਸਿਰਫ ਇੱਕ ਥਿਉਰੀ ਹੀ ਪੜ੍ਹਦੇ ਜਾ ਰਹੇ ਹਾਂ, ਜਿਸ ਨੂੰ ਗੁਰਬਾਣੀ ਕਹਿੰਦੀ ਹੈ ਬੱਧਾ ਜੱਟੀ ਜੋ ਮਰੇ ਨਾ ਹੁਣ ਨਾ ਹੁੱਕਾ। ਇੰਪੋਰਟੈਂਟ ਇਹ ਹੈਗਾ ਕਿ ਅਸੀਂ ਉਸ ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰੀਏ, ਜਿਸ ਦੇ ਰਾਹੀਂ ਅਸੀਂ, ਜਿਸ ਤਰ੍ਹਾਂ ਗੁਰਬਾਣੀ ਕਹਿੰਦੀ ਹੈ ਕਿ ਆਪਣੇ ਜੀਵਨ ਤੋਂ ਕਲਮ ਕਲੇਸ਼ ਨੂੰ ਆਪਣੇ ਜੀਵਨ ਤੋਂ ਨਿਕਾਲ ਸਕਦੇ ਹਾਂ, ਕੱਢ ਸਕਦੇ ਹਾਂ। ਅਤੇ ਗੁਰਬਾਣੀ ਸਾਨੂੰ ਇੱਕ ਰਾਹ ਦੱਸਦੀ ਹੈ ਕਿ ਉਸਨੂੰ ਕਰਨਾ ਕਿਸ ਤਰ੍ਹਾਂ ਹੈ। ਇੰਪੋਰਟੈਂਟ ਇਹ ਹੈਗਾ ਕਿ ਉਸਨੂੰ ਅਸੀਂ ਜੀਵਨ ਦੇ ਵਿੱਚ ਅਪਲਾਈ ਕਿਸ ਤਰ੍ਹਾਂ ਕਰੀਏ। ਹੁਣ ਇਹ ਚੀਜ਼ 'ਤੇ ਹਰ ਧਰਮ ਵਿੱਚ ਇਹੀ ਕਹਿੰਦੇ ਨੇ ਕਿ ਪਰਮਾਤਮਾ ਨੂੰ ਯਾਦ ਕਰੋ, ਅੱਲਾਹ ਨੂੰ ਯਾਦ ਕਰੋ, ਪ੍ਰਭੂ ਕੋ ਯਾਦ ਕਰੋ। ਅਲੱਗ ਅਲੱਗ ਤਰੀਕੇ ਦੇ ਨਾਲ ਹਰ ਧਰਮ ਦੇ ਵਿੱਚ ਇਹੀ ਕੁਛ ਕਹਿਣ। ਕੋਈ ਬੋਲੇ ਰਾਮ ਰਾਮ, ਕੋਈ ਖੁਦਾ, ਕੋਈ ਸੇਵੇ ਸਹੀਆ। ਹੁਣ ਇਹ ਚੀਜ਼ 'ਤੇ ਸਭ ਹਰ ਕੋਈ ਕਰ ਰਿਹਾ, ਪਰ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੇਖਣਾ ਹੈ ਕਿ ਕੀ ਅਸੀਂ ਪਰਮਾਤਮਾ ਨੂੰ ਯਾਦ ਕਰ ਰਹੇ ਹਾਂ, ਪਰ ਪਰਮਾਤਮਾ ਨੂੰ ਯਾਦ ਕਿਉਂ ਕਰ ਰਹੇ ਹਾਂ, ਸਾਨੂੰ ਕਿਉਂ ਮਿਲੇਗਾ ਕੀ ਪਰਮਾਤਮਾ ਨੂੰ ਯਾਦ ਕਰ ਰਿਹਾ। ਇਹ ਚੀਜ਼ ਸਾਨੂੰ ਸਮਝਣੀ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਪਰਮਾਤਮਾ ਨੂੰ ਯਾਦ ਕਰਕੇ ਆ ਕੇ ਸਾਨੂੰ ਮਿਲਣਾ ਕੀ ਹੈ, ਤਾਂ ਤਾਂ ਅਸੀਂ ਉਸਨੂੰ ਯਾਦ ਕਰੀਏ। ਅਸੀਂ ਵੇਖਦੇ ਹਾਂ ਸਾਇੰਸ, ਜਾਂ ਅਸੀਂ ਦੇਖੀਏ ਇਗਜ਼ਾਮਪਲ ਦੇ ਤੌਰ 'ਤੇ, ਇੱਕ ਅਗਰ ਸਾਇੰਸ ਦੇ ਨਾਲ ਨਾਲ ਇੱਕ ਅਨੁਭਵ ਹੀ ਐਸੀ ਅਨੁਭਵ ਦੀ ਗੱਲ ਹੈ, ਅਸੀਂ ਇਸ ਨੂੰ ਵੀ ਯਾਦ ਕਰ ਰਹੇ ਹਾਂ। ਅਗਰ ਆਪਣੇ ਮਿੱਤਰ ਨੂੰ ਯਾਦ ਕਰ ਰਹੇ ਹਾਂ, ਜਾਂ ਆਪਣੇ ਪੁੱਤਰ ਨੂੰ ਯਾਦ ਕਰ ਰਹੇ ਹਾਂ, ਆਪਣੇ ਭਰਾਵਾਂ ਨੂੰ ਯਾਦ ਕਰ ਰਹੇ ਹਾਂ, ਕਿਸੇ ਨੂੰ ਵੀ ਯਾਦ ਕਰ ਰਹੇ ਹਾਂ, ਉਸਦੀ ਜੋ ਮਨ ਦੀ ਸਥਿਤੀ ਹੈ, ਜਿਸ ਨੂੰ ਅਸੀਂ ਯਾਦ ਕਰ ਰਹੇ ਹਾਂ, ਉਸਦੀ ਜੋ ਮਨ ਦੀ ਸਥਿਤੀ ਹੈ, ਅਲਟੀਮੇਟਲੀ ਕੀ ਹੋਏਗਾ, ਜਿਸ ਉਸਦੀ ਮਨ ਦੀ ਸਥਿਤੀ ਸਾਡੇ ਮਨ ਨੂੰ ਇਫੈਕਟ ਕਰਨਾ ਸ਼ੁਰੂ ਕਰ ਦੇਣਾ। ਇਹ ਤੁਸੀਂ ਕਦੇ ਵੀ ਨੋਟਿਸ ਕਰ ਸਕਦੇ। ਅਗਰ ਮੰਨ ਲਓ ਤੁਹਾਡਾ ਬੱਚਾ ਕਿਧਰੇ ਬਾਹਰ ਕਿਸੇ ਸ਼ਹਿਰ ਦੇ ਵਿੱਚ ਹੈਗਾ ਹੈ, ਦਿੱਲੀ ਤੋਂ ਬਾਹਰ ਜਾਂ ਇੰਡੀਆ ਤੋਂ ਬਾਹਰ, ਔਰ ਤੁਸੀਂ ਉਸਨੂੰ ਯਾਦ ਕਰ ਰਹੇ ਹੋ, ਅਗਰ ਉਸਨੂੰ ਯਾਦ ਕਰ ਰਹੇ ਹੋ, ਉਸਦੀ ਮਨ ਦੀ ਸਥਿਤੀ ਜੋ ਹੈ ਕੁਛ ਡਾਵਾਂ ਡੋਲ ਹੈਗੀ ਹੈ, ਕੁਛ ਪਰੇਸ਼ਾਨੀ ਵਿੱਚ ਹੈਗਾ ਉਹ ਬੱਚਾ, ਅਤੇ ਇੱਕ ਮਾਂ ਦੀ ਹਾਲਤ, ਮਾਂ ਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ ਮੇਰਾ ਬੱਚਾ, ਕਿਉਂਕਿ ਉਹ ਉਸਨੂੰ ਯਾਦ ਕਰ ਰਹੀ ਹੈ, ਉਸਦੀ ਫ੍ਰੀਕੁਐਂਸੀ ਆਪਣੇ ਬੱਚੇ ਦੇ ਨਾਲ ਹੈਗੀ ਹੈ, ਮੈਚ ਕਰ ਰਹੀ ਹੈ ਫ੍ਰੀਕੁਐਂਸੀ, ਅਤੇ ਉਸ ਮਾਤਾ ਦੀ ਫ੍ਰੀਕੁਐਂਸੀ ਵੀ ਉਸੇ ਬੱਚੇ ਦੀ, ਮਤਲਬ ਉਹਨਾਂ ਦੀ ਸਥਿਤੀ ਜੋ ਹੈ ਮਨ ਦੀ, ਉਹ ਆਪਣੇ ਬੱਚੇ ਦੀ ਤਰ੍ਹਾਂ ਹੋ ਜਾਏਗੀ। ਅਗਰ ਉਸਦਾ ਬੱਚਾ ਪਰੇਸ਼ਾਨ ਹੈ, ਦੁਖੀ ਹੈ, ਅਤੇ ਉਹ ਮਾਂ ਦੀ ਹਾਲਤ ਵੀ ਉਸੇ ਤਰ੍ਹਾਂ ਦੀ ਹੋ ਜਾਏਗੀ। ਕਿਉਂ? ਕਿਉਂਕਿ ਸਾਰਾ ਖੇਡ ਕਿਸ ਚੀਜ਼ ਦਾ ਹੈ? ਮਨ ਦਾ ਹੀ ਸਾਰਾ ਖੇਡ ਹੈ। ਅਗਰ ਦੋ ਆਤਮਾਵਾਂ ਇੱਕ ਦੂਜੇ ਨੂੰ ਯਾਦ ਕਰਦੀਆਂ ਨੇ, ਅਤੇ ਇੱਕ ਦੀ ਜੋ ਮਨ ਦੀ ਸਥਿਤੀ ਹੈ, ਅਤੇ ਦੂਜਾ ਜੋ ਉਸਨੂੰ ਯਾਦ ਕਰ ਰਿਹਾ, ਉਸਦੀ ਮਨ ਦੀ ਸਥਿਤੀ ਵੀ ਉਸੇ ਤਰ੍ਹਾਂ ਦੀ ਹੋ ਜਾਂਦੀ ਹੈ। ਅਤੇ ਅੱਜ ਦੇ ਸਮੇਂ ਦੇ ਵਿੱਚ ਅਗਰ ਆਪ ਜੀ ਵੇਖੋਗੇ ਕਿ ਦੁਨੀਆਂ ਦੇ ਵਿੱਚ ਜਿਤਨੇ ਵੀ ਮਨੁੱਖ ਹੈਗੇ ਨੇ, ਕਿਉਂਕਿ ਕਲਯੁੱਗ ਦਾ ਸਮਾਂ ਹੈ, ਮਨੁੱਖਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ, ਜਿਸ ਤਰ੍ਹਾਂ ਕਹਿੰਦੇ ਆ ਕਿ ਅਸੀਂ ਮੋਬਾਈਲ ਦੀ ਯੂਜ ਕਰਦੇ ਹਾਂ, ਅਤੇ ਮੋਬਾਈਲ ਦੇ ਵਿੱਚ ਕੀ ਹੁੰਦਾ,
ਕੁਛ ਸਮੇਂ ਤੱਕ ਤਾਂ ਮੋਬਾਈਲ ਬਿਲਕੁਲ ਠੀਕ ਚੱਲ ਰਿਹਾ, ਜਦ ਤੱਕ ਉਸਦੀ ਬੈਟਰੀ ਬਿਲਕੁਲ ਠੀਕ ਹੈਗੀ ਹੈ। ਜਿਸ ਵੇਲੇ ਉਸਦੀ ਬੈਟਰੀ ਥੋੜ੍ਹੀ ਜਿਹੀ ਡਾਊਨ ਹੋਣੀ ਸ਼ੁਰੂ ਹੁੰਦੀ ਹੈ ਤਾਂ ਕੀ ਹੁੰਦਾ, ਬੜੀ ਜਲਦੀ ਡਿਸਚਾਰਜਿੰਗ ਹੋਣੀ ਸ਼ੁਰੂ ਹੋ ਜਾਂਦੀ, ਮੋਬਾਈਲ ਬੜੀ ਜਲਦੀ ਡਿਸਚਾਰਜ ਹੋਣਾ ਸ਼ੁਰੂ ਹੋ ਜਾਂਦਾ। ਅੱਜ ਮਨੁੱਖਾਂ ਦੀ ਹਾਲਤ ਵੀ ਇਹੀ ਹੈ, ਕਿਉਂਕਿ ਆਤਮਿਕ ਸ਼ਕਤੀ ਦੀ ਕਮੀ ਹੈ। ਅਤੇ ਹੁੰਦਾ ਕੀ ਹੈ, ਕੁਛ ਵੀ ਅਗਰ ਛੋਟੀ ਵੀ ਗੱਲ ਹੋਵੇ, ਪਰਿਸਥਿਤੀ ਹੋਵੇ, ਮਨ ਦੀ ਸਥਿਤੀ ਡਾਵਾਡੋਲ ਹੋ ਜਾਂਦੀ ਹੈ। ਅਤੇ ਅਗਰ ਅਸੀਂ ਕਿਸੇ ਐਸੇ ਮਨੁੱਖ ਨੂੰ ਯਾਦ ਕਰਾਂਗੇ ਜਿਸ ਦੀ ਹਾਲਤ ਪਹਿਲਾਂ ਤੋਂ ਹੀ ਖਰਾਬ ਹੈਗੀ ਹੈ ਜਾਂ ਫਿਰ ਪਰੇਸ਼ਾਨ ਹੈ, ਦੁਖੀ ਹੈ, ਅਤੇ ਉਹ ਅਗਰ ਉਸਨੂੰ ਅਗਰ ਅਸੀਂ ਯਾਦ ਕਰ ਰਹੇ ਹਾਂ ਤਾਂ ਸਾਡੇ ਮਨ ਦੀ ਹਾਲਤ ਵੀ ਡਾਊਨ ਹੋ ਜਾਂਦੀ ਹੈ। ਪਰਮਾਤਮਾ ਨੂੰ ਅਸੀਂ ਕਿਉਂ ਯਾਦ ਕਰਨਾ ਹੈ, ਕਿਉਂਕਿ ਪਰਮਾਤਮਾ ਜੋ ਹੈ ਗੁਣਾਂ ਦਾ ਸਾਗਰ, ਸ਼ਾਂਤੀ ਦਾ ਸਾਗਰ, ਸੁੱਖਾਂ ਦਾ ਸਾਗਰ। ਜਦੋਂ ਅਸੀਂ ਉਸ ਪਰਮਾਤਮਾ ਨੂੰ, ਅਕਾਲ ਪੁਰਖ ਨੂੰ ਯਾਦ ਕਰਦੇ ਹਾਂ ਤਾਂ ਸਾਡੇ ਮਨ ਦੀ ਸਥਿਤੀ ਕੀ ਹੋ ਜਾਂਦੀ ਹੈ, ਅਪ ਹੋ ਜਾਂਦੀ ਹੈ। ਜਿਵੇਂ ਇੱਕ ਮੋਬਾਈਲ ਨੂੰ ਅਸੀਂ ਚਾਰਜਰ ਦੇ ਨਾਲ ਅਸੀਂ ਕਨੈਕਟ ਕਰ ਦਈਏ ਅਤੇ ਉਹ ਚਾਰਜਿੰਗ ਉਹਦੀ ਸ਼ੁਰੂ ਹੋ ਜਾਂਦੀ ਹੈ, ਇਸੇ ਤਰ੍ਹਾਂ ਹੀ ਸਾਡੇ ਮਨ ਦੀ ਹਾਲਤ ਹੈ। ਜਦੋਂ ਉਸ ਪਾਵਰ ਹਾਊਸ ਦੇ ਨਾਲ ਅਸੀਂ ਕਨੈਕਟ ਹੁੰਦੇ ਹਾਂ, ਉਸ ਨੂੰ ਯਾਦ ਕਰਦੇ ਹਾਂ ਤਾਂ ਮਨ ਦੇ ਵਿੱਚ ਉਹ ਕਲੇਸ਼ ਜੋ ਹੈ ਉਹ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਅਤੇ ਇਹ ਚੀਜ਼ ਜਿਹੜੀ ਹੈ ਇਹ ਸਾਨੂੰ ਸਮਝਣੀ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਪਰਮਾਤਮਾ ਨੂੰ ਯਾਦ ਅਸੀਂ ਕਰਨਾ ਕਿਸ ਤਰ੍ਹਾਂ। ਸਭ ਤੋਂ ਪਹਿਲਾਂ ਪਰਮਾਤਮਾ ਕਿਸੇ ਨੂੰ ਵੀ ਯਾਦ ਕਰਨਾ ਹੋਵੇ ਸਾਨੂੰ ਦੋ ਚੀਜ਼ਾਂ ਬਹੁਤ ਜ਼ਰੂਰੀ ਹਨ। ਕਿਸੇ ਵੀ ਕਿਸੇ ਭਾਵੇਂ ਮਨੁੱਖ ਨੂੰ ਵੀ ਯਾਦ ਕਰਨਾ ਹੋਵੇ, ਸਭ ਤੋਂ ਪਹਿਲੀ ਚੀਜ਼ ਹੈਗੀ ਹੈ ਉਸਦੀ ਇੰਟਰੋਡਕਸ਼ਨ, ਉਸਦੇ ਬਾਰੇ ਪਤਾ ਹੋਣਾ ਕਿ ਉਹ ਹੈ ਕੌਣ। ਦੂਜੀ ਚੀਜ਼ ਹੈ ਉਸਦੇ ਨਾਲ ਸੰਬੰਧ ਜੋੜਨਾ। ਸਭ ਤੋਂ ਪਹਿਲੀ ਗੱਲ ਸਾਨੂੰ ਸਭ ਤੋਂ ਪਹਿਲਾਂ ਆਪਣੀ ਪਹਿਚਾਣ ਜੋ ਹੈ ਉਹ ਪਤਾ ਹੋਣੀ ਬਹੁਤ ਜ਼ਰੂਰੀ, ਕਿਉਂਕਿ ਅੱਜ ਜੋ ਦੁੱਖਾਂ ਦਾ ਮੇਨ ਰੀਜ਼ਨ ਹੈ, ਜੋ ਮੇਨ ਕਾਰਨ ਹੈ ਸਾਡੇ ਦੁੱਖਾਂ ਦਾ, ਉਹ ਇਹੀ ਹੈ ਕਿ ਆਪਣੀ ਹੀ ਸਾਨੂੰ ਗਲਤ ਪਹਿਚਾਣ ਨਾਲ। ਅੱਜ ਅਗਰ ਮੈਂ ਆਪ ਜੀ ਕੋਲੋਂ ਪੁੱਛਾਂ ਕਿ ਤੁਸੀਂ ਕੌਣ ਹੋ ਅਤੇ ਤੁਸੀਂ ਤੁਹਾਡੇ ਪਰਿਵਾਰ ਕੀ ਹੋਏ, ਕਿ ਤੁਸੀਂ ਇਹ ਦੇਹ ਜਾਂ ਇਸ ਦੇਹ ਦਾ ਜੋ ਨਾਮ ਹੈ, ਅਗਰ ਮੈਂ ਐਗਜ਼ਾਮਪਲ ਦੇ ਤੌਰ 'ਤੇ ਮੈਂ ਕਹਾਂ ਕਿ ਮੈਂ ਗੁਰਪ੍ਰੀਤ ਹਾਂ, ਮੇਰਾ ਨਾਮ ਗੁਰਪ੍ਰੀਤ ਹੈ, ਪਰ ਇਹ ਤਾਂ ਇਸ ਸਰੀਰ ਦੀ ਪਹਿਚਾਣ ਹੈ। ਇਸ ਸਰੀਰ ਨੂੰ ਲੋਕ ਇਸ ਤਰ੍ਹਾਂ ਬੁਲਾਉਂਦੇ ਹਨ, ਪਰ ਮੇਰੀ ਐਕਚੁਅਲ ਵਿੱਚ ਪਹਿਚਾਣ ਕੀ ਹੈ। ਜੇ ਮੈਂ ਕਹਾਂਗਾ ਕਿ ਮੇਰਾ ਮੈਂ ਸਿੱਖ ਹਾਂ, ਪਰ ਉਹ ਤਾਂ ਮੇਰਾ ਰਿਲੀਜਨ ਹੈ, ਉਹ ਤਾਂ ਮੇਰਾ ਧਰਮ ਹੈ, ਮੇਰੀ ਐਕਚੁਅਲ ਪਹਿਚਾਣ ਕੀ ਹੈ। ਕੀ ਮੈਂ ਇਹ ਕਹਿ ਸਕਦਾ ਕਿ ਮੈਂ ਡਾਕਟਰ ਜਾਂ ਮੈਂ ਇੰਜੀਨੀਅਰ ਜਾਂ ਮੇਰਾ ਇਹ ਜਿਹੜਾ ਮੇਰਾ ਕੰਮ ਧੰਦਾ ਹੈ ਉਸ ਦੇ ਨਾਲ ਮੈਂ ਆਪਣੇ ਆਪ ਨੂੰ ਆਈਡੈਂਟੀਫਾਈ ਕਰ ਸਕਦਾ ਹਾਂ, ਕਿਉਂਕਿ ਇਹ ਜਿਹੜੀ ਚੀਜ਼ ਹੈ ਇਹ ਮੇਰਾ ਪ੍ਰੋਫੈਸ਼ਨ ਹੈ, ਇਹ ਮੇਰਾ ਪਿਤਾ, ਪਰ ਮੇਰੀ ਐਕਚੁਅਲ ਪਹਿਚਾਣ ਕੀ ਹੈ। ਦੇਹ ਦੇ ਨਾਲ ਸਰੀਰ ਦੇ ਨਾਲ ਤੁਸੀਂ ਲੋਕ ਸਾਰੇ ਪਹਿਚਾਣਦੇ ਹਨ, ਕਿਉਂਕਿ ਅਸੀਂ ਆਈਡੈਂਟੀਟੀ ਕਾਰਡ ਵੀ ਬਣਾਉਂਦੇ ਹਾਂ। ਆਈਡੈਂਟੀਟੀ ਕਾਰਡ ਵਿੱਚ ਕੀ ਹੁੰਦਾ ਹੈ, ਦੇਹ ਦੀ ਫੋਟੋ ਹੋਏਗੀ, ਉਸ ਨਾਮ ਹੋਏਗਾ, ਐਡਰੈਸ ਹੋਏਗਾ, ਪਰ ਮੇਰੀ ਐਕਚੁਅਲ ਪਹਿਚਾਣ ਕੀ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ। ਅਗਰ ਅਸੀਂ ਦੇਖੋਗੇ ਮਨ ਤੂੰ ਜੋਤ ਸਰੂਪ ਹੈ, ਆਪ
ਆਪਣਾ ਮੂਲ ਪਛਾਣ ਤੇਰੀ ਆਈਡੈਂਟੀ ਇਹ ਸਰੀਰ ਨਹੀਂ ਪਰ ਮੈਂ ਨਹੀਂ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਕਿ ਸਾਡੀ ਆਈਡੈਂਟੀ ਜੋ ਹੈ ਉਹ ਇਹ ਸਰੀਰ ਨਹੀਂ ਹੈ ਇਹ ਸਰੀਰ ਨੂੰ ਚਲਾਉਣ ਵਾਲੀ ਮੈਂ ਇੱਕ ਜੋਤ ਸਰੂਪ ਆਤਮਾ ਤੇ ਆਤਮਾ ਇਹ ਸਾਡੀ ਜਿਹੜੀ ਪਹਿਚਾਣ ਹੈ ਇਹ ਸਾਨੂੰ ਇਸ ਪਹਿਚਾਣ ਦੇ ਨਜ਼ਦੀਕ ਅਸੀਂ ਕਦੋਂ ਹੁੰਦੇ ਹਾਂ ਆਪਣੀ ਲਾਈਫ ਦੇ ਵਿੱਚ ਅਗਰ ਅਸੀਂ ਕਦੇ ਵੀ ਸੋਚ ਕੇ ਦੇਖੀਏ ਕਿ ਸਾਡਾ ਕੋਈ ਕਰੀਬੀ ਕੋਈ ਸਾਡਾ ਰਿਸ਼ਤੇਦਾਰ ਜਦ ਉਹ ਸਰੀਰ ਛੱਡ ਕੇ ਜਾਂਦਾ ਹੈ ਅਤੇ ਅਸੀਂ ਕ੍ਰੀਮੇਸ਼ਨ ਗਰਾਊਂਡ ਸ਼ਮਸ਼ਾਨ ਘਾਟ ਦੇ ਵਿੱਚ ਹੁੰਦੇ ਹਾਂ ਉਸ ਥਾਂ ਦੇ ਵਿੱਚ ਅਸੀਂ ਜਦੋਂ ਹੁੰਦੇ ਹਾਂ ਤਾਂ ਸਾਨੂੰ ਕੀ ਆਉਂਦਾ ਹੈ ਸਭ ਤੋਂ ਪਹਿਲਾਂ ਬੈਰਾਗ ਸਾਨੂੰ ਪਤਾ ਲੱਗਦਾ ਹੈ ਕਿ ਜਿਸ ਦੇਹ ਦੇ ਲਈ ਮੈਂ ਪੂਰੀ ਜ਼ਿੰਦਗੀ ਜਿੰਦਾ ਰਿਹਾ ਜਿਸ ਦੇਹ ਅਤੇ ਦੇਹ ਦੇ ਸੰਬੰਧਾਂ ਨੂੰ ਸੰਭਾਲਦੇ ਹੋਏ ਮੈਂ ਪੂਰੀ ਜ਼ਿੰਦਗੀ ਉਹਨਾਂ ਦੀ ਕੇਅਰ ਕਰਦੇ ਹੋਏ ਪੂਰੀ ਜ਼ਿੰਦਗੀ ਬਿਤਾ ਦਿੱਤੀ ਉਸਦਾ ਤਾਂ ਹਾਲ ਇਹ ਹੈਗਾ ਕਿ ਉਹ ਤਾਂ ਉੱਥੇ ਉਸਨੂੰ ਜਲਾਉਣਾ ਹੈ ਇਸਦਾ ਮਤਲਬ ਅਗਲੇ ਜਨਮ ਦੇ ਵਿੱਚ ਪਹੁੰਚ ਜਾ ਰਿਹਾ ਜਾਂ ਫਿਰ ਉਸ ਦੇਹ ਦੇ ਥਰੂ ਬੋਲ ਪਾਉਣ ਰਿਹਾ ਸੀ ਜੋ ਦੇਹ ਨੂੰ ਬਿਲਕੁਲ ਨਿਡਾਲ ਪਈ ਹੈ ਜੋ ਕਿ ਬਿਲਕੁਲ ਇੱਕ ਮੈਟਰ ਦੀ ਤਰ੍ਹਾਂ ਪਈ ਹੈ ਜਿਸ ਤਰ੍ਹਾਂ ਇੱਕ ਮਿੱਟੀ ਹੈ ਉਸੇ ਤਰ੍ਹਾਂ ਉਹ ਦੇਹ ਪਈ ਹੈ ਉਸ ਸ਼ਮਸ਼ਾਨ ਘਾਟ ਦੇ ਵਿੱਚ ਇਸਦਾ ਮਤਲਬ ਦੇਹ ਨੂੰ ਚਲਾਉਣ ਵਾਲੀ ਦੇਹੀ ਜਿਸਨੂੰ ਕਹਿੰਦੇ ਆ ਉਹ ਹੈ ਜੋਤ ਸਰੂਪ ਆਤਮਾ ਉਹੀ ਸਾਡੀ ਅਸਲੀ ਪਹਿਚਾਣ ਹੈ ਇਹ ਦੇਹ ਤੇ ਅਸੀਂ ਟੈਂਪਰੇਰੀ ਸਾਡੀ ਹੈ ਇਹ ਕੁਝ ਅਸੀਂ ਰੋਲ ਪਲੇ ਕਰਦੇ ਹਾਂ ਜਿਸ ਤਰ੍ਹਾਂ ਜੋ ਵੀ ਐਕਟਰਸ ਹੈਗੇ ਨੇ ਉਹ ਕੀ ਕਰਦੇ ਨੇ ਆਪਣੀ ਡਰੈਸ ਨੂੰ ਚੇਂਜ ਕਰਕੇ ਰੋਲ ਦੇ ਹਿਸਾਬ ਨਾਲ ਉਸ ਡਰੈਸ ਨੂੰ ਪਾ ਕਰਕੇ ਆਪਣਾ ਰੋਲ ਅਦਾ ਕਰਦੇ ਹਨ ਜਿਸ ਤਰ੍ਹਾਂ ਉਹ ਇੱਕ ਡਰੈਸ ਪਾਉਂਦੇ ਨੇ ਇਸੇ ਤਰ੍ਹਾਂ ਅਸੀਂ ਇਹ ਡਰੈਸ ਇਹ ਸਰੀਰ ਲਿੱਤਾ ਹੈ ਇਸ ਜਨਮ ਦੇ ਵਿੱਚ ਆਪਣਾ ਪਾਰਟ ਪਲੇ ਕਰਨ ਦੇ ਵਿੱਚ ਪਰ ਸਾਡੀ ਜੋ ਅਸਲੀ ਪਹਿਚਾਣ ਹੈ ਉਹ ਹੈ ਜੋਤ ਸਰੂਪ ਆਤਮਾ ਜਦੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਮੈਂ ਇੱਕ ਆਤਮਾ ਹਾਂ ਜੋਤ ਸਰੂਪ ਆਤਮਾ ਹਾਂ ਤੇ ਫਿਰ ਮੇਰਾ ਕੌਣ ਹੈ ਕਿਉਂਕਿ ਮੈਂ ਆਪਣੇ ਸੰਬੰਧ ਜਿਤਨੇ ਵੀ ਬਣਾਏ ਨੇ ਅਗਰ ਮੈਂ ਕਹਾਂ ਕਿ ਮੇਰੇ ਮਾਤਾ ਨੇ ਮੇਰੇ ਪਿਤਾ ਨੇ ਪਰ ਉਹ ਇਸ ਸਰੀਰ ਦੇ ਪਿਤਾ ਨੇ ਸਰੀਰ ਨੂੰ ਪੈਦਾ ਕਰਨ ਵਾਲੇ ਜਿਸ ਤਰ੍ਹਾਂ ਹੁਣ ਕਮਲਪ੍ਰੀਤ ਮੇਰੇ ਵੀਰ ਸ਼ਬਦ ਪੜ੍ਹ ਰਹੇ ਸੀ ਸਭਨਾ ਕਾ ਮਾਂ ਪਿਓ ਆਪ ਹੈ ਅਗਰ ਅਸੀਂ ਉਸਨੂੰ ਕਹਿੰਦੇ ਹਾਂ ਕਿ ਉਸ ਮੇਰਾ ਪਿਤਾ ਹੈ ਉਹ ਮੇਰੀ ਮਾਤਾ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਅਗਰ ਉਹ ਮੇਰਾ ਪਿਤਾ ਵੀ ਹੈ ਔਰ ਉਹ ਮੇਰੇ ਮਾਤਾ ਵੀ ਹੈ ਤੇ ਜਿਸ ਤਰ੍ਹਾਂ ਇੱਕ ਸਰੀਰ ਦਾ ਪਿਤਾ ਸਰੀਰ ਦੀ ਤਰ੍ਹਾਂ ਹੁੰਦਾ ਹੈ ਆਤਮਾ ਦਾ ਪਿਤਾ ਆਤਮਾ ਦੀ ਤਰ੍ਹਾਂ ਹੀ ਪ੍ਰਕਾਸ਼ ਸਰੂਪ ਹੁੰਦਾ ਹੈ ਕਿਉਂਕਿ ਉਹ ਸਾਡਾ ਪਿਤਾ ਹੈ ਸ਼ਾਂਤੀ ਦਾ ਸਾਗਰ ਹੈ ਗਿਆਨ ਦਾ ਸਾਗਰ ਹੈ ਗੁਣਾਂ ਦਾ ਸਾਗਰ ਹੈ ਜਦੋਂ ਅਸੀਂ ਉਸ ਦੇ ਨਾਲ ਕਨੈਕਟ ਹੁੰਦੇ ਹਾਂ ਤੇ ਸਾਡੇ ਅੰਦਰ ਇਹ ਗੁਣ ਆਟੋਮੈਟਿਕਲੀ ਆਉਣਾ ਸ਼ੁਰੂ ਹੋ ਜਾਂਦੇ ਹਨ ਸਾਨੂੰ ਇਸ ਗੁਣਾਂ ਨੂੰ ਕੁਛ ਕਰਨ ਦੀ ਲੋੜ ਨਹੀਂ ਪੈਂਦੀ ਕਿ ਅਸੀਂ ਇਹਨਾਂ ਗੁਣਾਂ ਨੂੰ ਆਪਣੇ ਵਿੱਚ ਧਾਰਨ ਕਰਨਾ ਹੈ ਅਤੇ ਅਸੀਂ ਕੁਛ ਕਰਨਾ ਹੈ ਆਟੋਮੈਟਿਕਲੀ ਜਦੋਂ ਅਸੀਂ ਪਲੱਗ ਨੂੰ ਕਨੈਕਟ ਕਰਦੇ ਹਾਂ ਮੋਬਾਈਲ ਦੇ ਨਾਲ ਚਾਰਜਰ ਨੂੰ ਕਨੈਕਟ ਕਰਦੇ ਹਾਂ ਅਤੇ ਸਵਿੱਚ ਔਨ ਕਰਦੇ ਹਾਂ ਅਤੇ ਅਸੀਂ ਉਹ ਮੋਬਾਈਲ ਦੀ ਚਾਰਜਿੰਗ ਸ਼ੁਰੂ ਹੋ ਜਾਂਦੀ ਹੈ ਅਸੀਂ ਵੀ ਸਿਰਫ ਸਵਿੱਚ ਔਨ ਕਰਨਾ ਹੈ ਪਰ ਉਹ ਕਰਨਾ ਕਿਸ ਤਰ੍ਹਾਂ ਹੈ
ਉਹ ਅੱਜ ਅਸੀਂ ਵਿਚਾਰ ਕਰਨੇ ਆ। ਸਭ ਤੋਂ ਪਹਿਲਾਂ ਅਸੀਂ ਇਹ ਦੇਖਣਾ ਹੈ ਕਿ ਸਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਦੇ ਵਿਚਾਰ ਜੋ ਨੇ ਉਹ ਪੂਰੇ ਦਿਨ ਚੱਲਦੇ ਨੇ। ਜਿਹੜੇ ਮਨੋਚਿੰਤਕ ਹੈਗੇ ਨੇ ਉਹ ਕਹਿੰਦੇ ਨੇ ਮਨੁੱਖ ਦੇ ਮਨ ਦੇ ਵਿੱਚ ਚਾਰ ਪ੍ਰਕਾਰ ਦੇ ਵਿਚਾਰ ਹਮੇਸ਼ਾ ਹੀ ਚੱਲਦੇ ਰਹਿੰਦੇ ਨੇ ਪੂਰੇ ਦਿਨ। ਚਾਰ ਪ੍ਰਕਾਰ ਦੇ ਉਹ ਕਿਹੜੇ ਚਾਰ ਪ੍ਰਕਾਰ ਦੇ ਵਿਚਾਰ ਹੈਗੇ ਨੇ? ਸਭ ਤੋਂ ਪਹਿਲਾਂ ਨਕਾਰਾਤਮਕ ਸੰਕਲਪ, ਨਕਾਰਾਤਮਕ ਵਿਚਾਰ, ਨੈਗੇਟਿਵ। ਨੈਗੇਟਿਵ ਵਿਚਾਰ ਕੀ ਹੁੰਦੇ ਨੇ? ਆਪਣੇ ਬਾਰੇ ਨੈਗੇਟਿਵ ਸੋਚਣਾ, ਨਕਾਰਾਤਮਕ ਸੋਚਣਾ, ਦੂਜਿਆਂ ਦੇ ਬਾਰੇ ਕਿ ਉਹ ਇਸ ਤਰ੍ਹਾਂ ਦਾ ਹੈ, ਉਹ ਦੂਜਿਆਂ ਦੇ ਬਾਰੇ ਕੁਛ ਗਲਤ ਸੋਚਣਾ, ਉਹਨਾਂ ਦੇ ਅਵਗੁਣ ਦੇਖਣਾ, ਇਹ ਵੀ ਨੈਗੇਟਿਵ ਹੈ। ਕਿਸੇ ਦੀ ਖਾਮੀ ਨੂੰ ਵੇਖਣਾ, ਇਸ ਨੂੰ ਨੈਗੇਟਿਵ ਕਵਾਂ। ਇਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਅਸੀਂ ਦੇਖਦੇ ਹਾਂ ਕਿ ਨੈਗੇਟਿਵ ਦਾ ਪ੍ਰਭਾਵ ਹੁੰਦਾ ਕੀ ਹੈ, ਕਿਉਂਕਿ ਇੱਥੇ ਗੁਰਬਾਣੀ ਵਿੱਚ ਸਾਨੂੰ ਦੱਸਦੇ ਨੇ ਕਿ ਕੱਲ ਕਲੇਸ਼ ਤਨ ਮਾਹੇ ਮਿਟਾਓ। ਹੁਣ ਜੇ ਸ਼ਬਦ ਅਸੀਂ ਪੰਕਤੀਆਂ ਲੈ ਕੇ ਚੱਲ ਰਹੇ ਹਾਂ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਓ। ਅੱਜ ਦੀ ਸਾਇੰਸ ਜੋ ਹੈ ਉਹ ਐਸਾ ਮੰਨਦੀ ਹੈ ਕਿ ਸਾਡੇ ਜੋ ਰੋਗ ਹੈਗੇ ਨੇ ਜਾਂ ਸਾਡੀ ਜੋ ਕਹਿ ਲਓ ਕਿ ਜਿਤਨੇ ਵੀ ਦੁੱਖ ਜਾਂ ਫਿਰ ਸਾਡੀ ਬਾਡੀ ਦੇ ਉੱਪਰ ਜੋ ਰਿਫਲੈਕਟ ਕਰਦੇ ਨੇ, 90% 90% ਉਹ ਰੋਗ ਜਿਹੜੇ ਹੈਗੇ ਨੇ ਉਹ ਸਾਡੇ ਮਨ ਦੇ ਵਿਚਾਰਾਂ ਕਰਕੇ ਹੈਗੇ ਨੇ, ਸਾਈਕੋਸੋਮੈਟਿਕ ਹੈਗੇ ਨੇ। ਇਸ ਦਾ ਮਤਲਬ ਕੀ ਹੈ ਕਿ ਅਸੀਂ ਅਗਰ ਆਪਣੇ ਬਾਰੇ ਦੇ ਵਿੱਚ ਨੈਗੇਟਿਵ ਸੋਚ ਰਹੇ ਹਾਂ, ਦੂਜਿਆਂ ਦੇ ਬਾਰੇ ਵਿੱਚ ਨੈਗੇਟਿਵ ਸੋਚ ਰਹੇ ਹਾਂ, ਚਾਂਸਿਸ ਹੈਗੇ ਨੇ ਸਾਨੂੰ ਨੈਗੇਟਿਵ ਸੋਚ ਸੋਚ ਕੇ ਡਿਪਰੈਸ਼ਨ ਵਿੱਚ ਆ ਜਾਣਾ। ਅੱਜ ਕਿਉਂ ਇਤਨਾ ਡਿਪਰੈਸ਼ਨ ਫੈਲਿਆ ਹੋਇਆ ਹੈ? WHO ਦੀ ਜੋ ਰਿਪੋਰਟ ਹੈ ਲਾਸਟ ਈਅਰ ਦੀ 2018 ਦੀ, ਇਹ ਹੈਗੀ ਹੈ ਕਿ ਇਸ ਸਾਲ ਵਿੱਚ ਅਸੀਂ ਜੋ ਰਿਪੋਰਟ ਕੱਢੀ ਹੈ ਉਸ ਹਿਸਾਬ ਨਾਲ ਹਰ ਚਾਰ ਬੰਦਿਆਂ ਦੇ ਵਿੱਚ ਇੱਕ ਬੰਦਾ, ਇੱਕ ਮਨੁੱਖ ਜੋ ਹੈ ਉਹ ਡਿਪਰੈਸ਼ਨ ਦਾ ਸ਼ਿਕਾਰ ਹੈ। ਇਹ WHO ਦੀ ਰਿਪੋਰਟ ਹੈਗੀ ਹੈ ਪਿਛਲੇ ਸਾਲ ਦੀ। ਕਾਰਨ ਕੀ ਹੈ ਕਿ ਮਨ ਦੇ ਵਿੱਚ ਨੈਗੇਟਿਵ ਸੰਕਲਪ ਚੱਲ ਰਿਹਾ, ਨੈਗੇਟਿਵ ਆਪਣੇ ਬਾਰੇ, ਨੈਗੇਟਿਵ ਆਪਣੇ ਕੰਮ ਧੰਦੇ ਬਾਰੇ ਜਾਂ ਨੈਗੇਟਿਵ ਆਪਣੇ ਪਰਿਵਾਰ ਬਾਰੇ, ਕੁਛ ਵੀ ਨੈਗੇਟਿਵ ਜੋ ਅਸੀਂ ਸੋਚ ਰਹੇ ਹਾਂ, ਇਹ ਸੋਚਦੇ ਸੋਚਦੇ ਕਿਸ ਦਾ ਸਰੂਪ ਬਣ ਜਾਂਦੇ ਆ? ਰੋਗ ਦਾ ਸਰੂਪ ਬਣ ਜਾਂਦੇ ਆ। ਬਲੱਡ ਪ੍ਰੈਸ਼ਰ ਹਾਈ ਹੋਣਾ, ਡਾਇਬਟੀਜ਼ ਹੋਣਾ, ਜਿਤਨੇ ਵੀ ਇਹ ਰੋਗ ਹੈਗੇ ਨੇ, ਇਹ ਰੋਗਾਂ ਦਾ ਮੇਨ ਰੀਜ਼ਨ ਜੋ ਹੈ ਉਹ ਅੱਜ ਦੀ ਸਾਇੰਸ ਮੰਨਦੀ ਹੈ ਉਹ ਹੈ ਸਾਡੇ ਮਨ ਦੇ ਵਿਚਾਰ। ਤਾਂ ਹੀ ਗੁਰਬਾਣੀ ਵਿੱਚ ਮਨ ਦੇ ਜੋ ਵਿਚਾਰ ਨੇ, ਮਨ ਦੇ ਜੋ ਸੰਕਲਪ ਹੈਗੇ ਨੇ, ਇਸ ਦੇ ਉੱਪਰ ਜ਼ੋਰ ਪਾਇਆ ਗਿਆ। ਗੁਰਬਾਣੀ ਕਹਿੰਦੀ ਹੈ ਮਨ ਮੰਮਾ ਮਨ ਸੇ ਉਕਾਜ ਹੈ, ਮਨ ਸਾਦੇ ਸਿਰ ਹੋਏ, ਮਨ ਹੀ ਮਨ ਸੇ ਰਹੇ ਕਬੀਰਾ, ਮਨਸਾ ਮਿਲਿਆ ਨਾ ਕੋਈ, ਸਾਰਾ ਕੰਮ ਹੀ ਮਨ ਦੇ ਉੱਪਰ ਹੈ ਗਿਆ। ਤਾਂ ਹੀ ਤੁਸੀਂ ਦੇਖੋਗੇ ਕਿ ਗੁਰਬਾਣੀ ਦੇ ਵਿੱਚ ਠੀਕ ਹੈ, ਇੱਕ ਤਨ ਨੂੰ ਸਾਫ਼ ਰੱਖਣਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਇਸ ਦੇ ਉੱਪਰ ਵੀ ਹੈ, ਪਰ
ਮੇਨ ਜਿਹੜਾ ਫੋਕਸ ਹੈ ਉਹ ਹੈ ਹੀ ਮਨ ਦੇ ਉੱਪਰ ਕਿ ਅਸੀਂ ਮਨ ਦੇ ਉੱਪਰ ਕੰਮ ਕਰਨਾ ਹੈ। ਸਾਰਾ ਕਾਜ ਹੀ ਮਨ ਦੇ ਉੱਪਰ ਹੈਗਾ ਕਿਉਂਕਿ ਅਗਰ ਅਸੀਂ ਆਪਣੇ ਮਨ ਨੂੰ ਠੀਕ ਨਹੀਂ ਕੀਤਾ, ਮਨ ਨੂੰ ਅਗਰ ਸਲਾਮਤ ਨਹੀਂ ਰੱਖਿਆ ਤੇ ਉਸਦਾ ਇਫੈਕਟ ਤਨ ਦੇ ਉੱਪਰ ਪੈਣਾ ਹੀ ਪੈਣਾ ਹੈ। ਨਾਲੇ ਅਸੀਂ ਜਿਸ ਪਰਪਸ ਦੇ ਵਾਸਤੇ ਇਸ ਦੁਨੀਆਂ ਦੇ ਵਿੱਚ ਆਏ ਹਾਂ, ਅਸੀਂ ਜੀਵਨ ਨੂੰ ਇੱਕ ਖੁਸ਼ਹਾਲੀ ਦੀ ਸ਼ਾਂਤੀ ਦੇ ਨਾਲ ਬਤੀਤ ਕਰਨਾ ਹੈ, ਉਹ ਅਸੀਂ ਪਰਪਸ ਅਚੀਵ ਨਹੀਂ ਕਰ ਪਾਵਾਂਗੇ। ਤੇ ਇਹ ਜਿਹੜਾ ਨੈਗੇਟਿਵ ਹੈ ਇਹ ਸਾਨੂੰ ਕਦੇ ਵੀ ਜਿਸ ਜੋ ਪਰਪਸ ਹੈ ਉਸ ਨੂੰ ਜੀਣ ਸਾਨੂੰ ਨਹੀਂ ਦੇਗਾ, ਪਰਪਸ ਨੂੰ ਅਚੀਵ ਕਰਨ ਨਹੀਂ ਦੇਗਾ। ਵਿਅਰਥ ਵਿਚਾਰ ਕਿਹੜੇ ਹੈਗੇ ਨੇ, ਪੁਰਾਣੀਆਂ ਗੱਲਾਂ ਨੂੰ ਯਾਦ ਕਰ ਰਿਹਾ ਸੀ, ਕੁਛ ਪੁਰਾਣੇ ਸਮੇਂ ਦੇ ਵਿੱਚ ਸਾਨੂੰ ਮਿਲਿਆ ਸੀ ਉਸ ਦੇ ਬਾਰੇ ਵਿੱਚ, ਉਹ ਹੁਣ ਸਾਡੇ ਤੋਂ ਵਿਛੜ ਗਿਆ ਜਾਂ ਸਾਨੂੰ ਸਾਡੇ ਕੋਲ ਨਹੀਂ ਹੈ। ਉਸ ਦੇ ਬਾਰੇ ਵਿੱਚ ਸੋਚ ਕੇ ਵਿਚਾਰ ਕਰਕੇ ਅਸੀਂ ਆਪਣੇ ਮਨ ਦੀ ਜੋ ਸ਼ਕਤੀ ਹੈ, ਆਪਣੇ ਮਨ ਦੀ ਜੋ ਬੈਟਰੀ, ਆਤਮਾ ਦੀ ਬੈਟਰੀ ਹੈ, ਉਸ ਨੂੰ ਅਸੀਂ ਲੋਅ ਕਰ ਰਹੇ ਹਾਂ। ਗੁਰਬਾਣੀ ਤੇ ਨਾਲੇ ਤੁਸੀਂ ਅਗਰ ਮਸਕੀਨ ਜੀ ਦੀ ਕਥਾ ਸੁਣੀ ਹੋਏਗੀ, ਉਹਨਾਂ ਨੇ ਐਸਾ ਬਿਆਨ ਕੀਤਾ ਹੈ ਕਿ ਮਨ ਦੋ ਜਗ੍ਹਾਵਾਂ ਦੇ ਵਿੱਚ ਸਾਡਾ ਜ਼ਰੂਰ ਜਾਂਦਾ ਹੈ, ਇੱਕ ਤੇ ਪੁਰਾਣੀਆਂ ਯਾਦਾਂ ਦੇ ਵਿੱਚ ਤੇ ਇੱਕ ਆਉਣ ਵਾਲੇ ਸਮੇਂ ਦੇ ਵਿੱਚ। ਪੁਰਾਣੇ ਸਮੇਂ ਦੇ ਵਿੱਚ, ਪੁਰਾਣੀਆਂ ਯਾਦਾਂ ਵਿੱਚ ਕੁਛ ਸਾਨੂੰ ਮਿਲਿਆ ਸੀ ਉਹ ਸਾਡੇ ਤੋਂ ਵਿਛੜ ਗਿਆ, ਖੋ ਗਿਆ, ਅਸੀਂ ਉਸ ਦੇ ਬਾਰੇ ਵਿੱਚ ਵਿਚਾਰ ਕਰਾਂਗੇ ਜਾਂ ਫਿਰ ਅਸੀਂ ਚਿੰਤਾ ਕਰਾਂਗੇ ਫਿਊਚਰ ਦੀਆਂ, ਜੋ ਕਿ ਸਮਾਂ ਆਉਣ ਵਾਲਾ ਹੈ। ਹੁਣ ਅਸੀਂ ਉਸ ਬਾਰੇ ਦੇ ਵਿੱਚ ਵਿਚਾਰ ਕਰ ਰਹੇ ਹਾਂ ਜੋ ਕਿ ਆਉਣ ਵਾਲਾ ਹੈ ਜਾਂ ਫਿਰ ਪਿੱਛੇ ਜੋ ਨਿਕਲ ਗਿਆ, ਅਸੀਂ ਪ੍ਰੈਜੈਂਟ ਵਿੱਚ ਨਹੀਂ ਹੁੰਦੇ। ਔਰ ਇਹੀ ਰੀਜ਼ਨ ਹੈ ਆਤਮਾ ਦੀ ਬੈਟਰੀ ਡਾਊਨ ਹੁੰਦੀ ਜਾਂਦੀ ਹੈ। ਤੀਜਾ ਸੰਕਲਪ ਜੋ ਅਸੀਂ ਪੂਰਾ ਦਿਨ ਵਿੱਚ ਕਰਦੇ ਹਾਂ ਉਹ ਹੈਗਾ ਨੈਸੈਸਰੀ ਥੋਟਸ, ਜੋ ਕਿ ਇੱਕ ਜ਼ਰੂਰਤ ਹੈ ਕਿ ਅਸੀਂ ਇਹ ਵਿਚਾਰ ਕਰਨੇ ਹੁਣ ਮੈਂ ਅੱਗੇ ਜਾ ਕੇ ਇਹ ਕੰਮ ਕਰਨਾ, ਹੁਣ ਇਹ ਕੰਮ ਕਰਨਾ, ਇਹ ਪੂਰਾ ਦਿਨ ਵਿੱਚ ਸਾਡੇ ਵਿਚਾਰ ਚੱਲਦੇ ਨੇ ਕਿ ਅਸੀਂ ਹੁਣ ਅਗਲਾ ਕੰਮ ਕੀ ਕਰਨਾ। ਜਿਵੇਂ ਤੁਸੀਂ ਸੋਚਦੇ ਹੋ ਕਿ ਹਾਂ ਮੈਂ ਹੁਣ ਜਾ ਕਰਕੇ ਖਾਣਾ ਬਣਾਉਣਾ, ਉਸ ਤੋਂ ਬਾਅਦ ਬੱਚਿਆਂ ਨੂੰ ਛੱਡ ਜਾਣਾ, ਉਸ ਤੋਂ ਬਾਅਦ ਇਹ ਕੰਮ, ਇਹ ਨੈਸੈਸਰੀ ਵਿਚਾਰ ਹੈਗੇ ਜੋ ਅਸੀਂ ਰੋਜ਼ਮਰਾ ਦੇ ਵਿੱਚ ਜ਼ਿੰਦਗੀ ਦੇ ਵਿੱਚ ਅਸੀਂ ਵਿਚਾਰ ਕਰਨੇ ਹਾਂ। ਔਰ ਚੌਥਾ ਕਿਹੜਾ ਵਿਚਾਰ ਹੈ, ਚੌਥਾ ਹੈ ਪੋਜ਼ੀਟਿਵ ਥੋਟਸ। ਪੋਜ਼ੀਟਿਵ ਵਿਚਾਰ ਕੀ ਹੁੰਦੇ ਨੇ, ਸਮਰਥ ਸੰਕਲਪ ਕੀ ਹੁੰਦੇ ਨੇ, ਆਪਣੇ ਵਾਸਤੇ ਤੇ ਆਪਣੇ ਪਰਿਵਾਰ ਵਾਸਤੇ, ਆਪਣੇ ਆਸ ਪਾਸ ਦੇ ਵਾਸਤੇ ਸਮਰਥ ਸੋਚਣਾ, ਮਤਲਬ ਪੋਜ਼ੀਟਿਵ ਸੋਚਣਾ ਕਿ ਅਗਰ ਮੈਂ ਇਹ ਕੰਮ ਕਰਨ ਜਾ ਰਿਹਾ ਤੇ ਇਹ ਮੇਰਾ ਕੰਮ ਪੂਰਾ ਹੋਏਗਾ ਹੀ ਹੋਏਗਾ, ਗਰੰਟੀ ਹੈ। ਮੈਂ ਇਸ ਨੂੰ ਅੱਛੀ ਵਾਈਬ੍ਰੇਸ਼ਨ, ਅੱਛੀਆਂ ਤਰੰਗਾਂ, ਆਪਣੇ ਵਿਚਾਰ ਜੋ ਨੇ ਇਸ ਕਾਰਜ ਨੂੰ ਸਫਲ ਹੋਣ ਦੇ ਲਈ, ਆਪਣੇ ਪੋਜ਼ੀਟਿਵ ਵਿਚਾਰ ਮੈਂ ਇਸ ਨੂੰ ਦੇ ਰਿਹਾ। ਇਹ ਹੈ ਪੋਜ਼ੀਟਿਵ ਵਿਚਾਰ। ਹੁਣ ਇਹ ਵਿਚਾਰ ਜੋ ਨੇ ਇਹ ਸਾਇੰਸ ਮੰਨਦੀ ਹੈ ਕਿ ਸਾਡੇ ਜਿਹੜੇ ਸਰੀਰ, ਸਾਡੀ ਜਿਹੜੀ ਬੋਡੀ ਹੈ, ਇਸ ਦੇ ਇੱਕ ਇੱਕ ਸੈੱਲ ਨੂੰ, ਇੱਕ ਇੱਕ ਔਰਗਨ ਨੂੰ
ਸਾਡੇ ਮਨ ਦੇ ਵਿਚਾਰ ਜੋ ਨੇ ਉਹ ਅਸਰ ਕਰਦੇ ਨੇ ਇੱਕ ਇੱਕ ਸੈੱਲ ਇਹ ਅੱਜ ਦੀ ਸਾਇੰਸ ਮੰਨਦੀ ਅਗਰ ਅਸੀਂ ਪੋਜ਼ਿਟਿਵ ਸੋਚ ਰਹੇ ਹਾਂ ਤੇ ਸਾਡਾ ਜੋ ਸਰੀਰ ਹੈ ਸਾਡਾ ਜਿਹੜਾ ਇਮਿਊਨ ਸਿਸਟਮ ਹੈ ਉਹ ਉਤਨਾ ਹੀ ਜ਼ਿਆਦਾ ਸਟਰੋਂਗ ਹੁੰਦਾ ਜਾਏਗਾ ਅਗਰ ਤੁਸੀਂ ਦੇਖੋਗੇ ਡਾਕਟਰ ਵੀ ਐਸਾ ਕਹਿੰਦੇ ਨੇ ਕਿ ਜੋ ਵੀ ਸਾਡੇ ਅਗਰ ਕੋਈ ਰੋਗੀ ਕੋਈ ਪੇਸ਼ੈਂਟ ਹੈਗਾ ਔਰ ਡਾਕਟਰ ਉਹਦੇ ਕੋਲ ਆ ਕਰਕੇ ਬੈਠਿਆ ਉਹ ਉਹਨੂੰ ਦੇਖ ਰਿਹਾ ਤੇ ਡਾਕਟਰ ਕਹੇਗਾ ਕਿ ਪੇਸ਼ੈਂਟ ਪੁੱਛਦਾ ਹੈ ਕਿ ਬਈ ਕੀ ਮੈਂ ਠੀਕ ਹੋ ਜਾਵਾਂਗਾ ਕਿਉਂਕਿ ਮੈਨੂੰ ਉਮੀਦ ਲੱਗ ਨਹੀਂ ਰਹੀ ਕੁਛ ਡਾਕਟਰ ਉਹਨੂੰ ਕਹਿੰਦਾ ਹੈ ਕਿ ਸਭ ਤੋਂ ਪਹਿਲਾਂ ਤੇ ਤੈਨੂੰ ਪੋਜ਼ਿਟਿਵ ਸੋਚਣਾ ਪਏਗਾ ਕਿਉਂਕਿ ਮੇਰੀ ਦਵਾਈ ਤੇ ਮੈਂ ਤੈਨੂੰ ਦੇ ਦਿੱਤੀ ਹੈ ਪਰ ਜਦ ਤੱਕ ਤੂੰ ਉਸ ਦਵਾਈ ਨੂੰ ਲੈ ਕਰਕੇ ਆਪਣੇ ਬਾਰੇ ਅੱਛਾ ਨਹੀਂ ਸੋਚੇਗਾ ਕਿ ਮੈਂ ਠੀਕ ਹੋਵਾਂਗਾ ਤੇ ਤੇਰੇ ਉੱਤੇ ਉਹ ਦਵਾਈ ਵੀ ਅਸਰ ਨਹੀਂ ਕਰੇਗੀ ਤੂੰ ਜਿਤਨੀ ਡੋਜ਼ ਲੈ ਰਿਹਾ ਉਸ ਤੋਂ ਬਾਅਦ ਅਗਰ ਤੂੰ ਪੋਜ਼ਿਟਿਵ ਨਹੀਂ ਸੋਚ ਰਿਹਾ ਤਾਂ ਦਵਾਈ ਅਸਰ ਨਹੀਂ ਕਰੇਗੀ ਤੋ ਉਸ ਦਵਾਈ ਨੂੰ ਅਸਰ ਅਗਰ ਕਰਨਾ ਹੈ ਤੇ ਦੋ ਚੀਜ਼ਾਂ ਚਾਹੀਦੀਆਂ ਨੇ ਤੇ ਉਸ ਦਵਾਈ ਦਾ ਇਫੈਕਟ ਹੈਗਾ ਦੂਜਾ ਹੈ ਤੇਰੇ ਮਨ ਦੀ ਸ਼ਕਤੀ ਅਗਰ ਤੇਰੇ ਮਨ ਵਿੱਚ ਉਹ ਪਾਵਰ ਹੈ ਤੇਰੇ ਵਿਚਾਰਾਂ ਦੇ ਵਿੱਚ ਅਗਰ ਉਹ ਸ਼ਕਤੀ ਹੈ ਅਗਰ ਤੂੰ ਪੋਜ਼ਿਟਿਵ ਸੋਚ ਰਿਹਾ ਹੈ ਤੇ ਇਹ ਦਵਾਈ ਤੈਨੂੰ ਬਹੁਤ ਜਲਦੀ ਕਿਓਰ ਕਰੇਗੀ ਤੇ ਤੂੰ ਬਹੁਤ ਜਲਦੀ ਠੀਕ ਹੋ ਜਾਏਗਾ ਤੇ ਇਸ ਦਾ ਮਤਲਬ ਕੀ ਹੋਇਆ ਅੱਧਾ ਅੱਧੇ ਤੋਂ ਜ਼ਿਆਦਾ ਕੰਮ ਸਾਡੇ ਵਿਚਾਰਾਂ ਨੇ ਕਰਨਾ ਹੈ ਤਾਂ ਹੀ ਅਸੀਂ ਦੇਖ ਰਹੇ ਹਾਂ ਕਿ ਇੱਕੋ ਹੀ ਬਿਮਾਰੀ ਹੈ ਲੈਟਸ ਸੇ ਕਿਸੇ ਨੂੰ ਕੈਂਸਰ ਹੈਗਾ ਇੱਕ ਨੂੰ ਅਸੀਂ ਦੇਖਦੇ ਹਾਂ ਜਿਸ ਨੂੰ ਜੀਣ ਦਾ ਬਿਲਕੁਲ ਮਕਸਦ ਨਹੀਂ ਹੈ ਜੀਣ ਦਾ ਬਿਲਕੁਲ ਮਨ ਨਹੀਂ ਹੈ ਉਸਨੂੰ ਕੈਂਸਰ ਹੈ ਅਤੇ ਉਹ ਚਾਹੁੰਦਾ ਕਿ ਨਹੀਂ ਬਸ ਖਤਮ ਹੋ ਜਾਵੇ ਇਹ ਲਾਈਫ ਜੋ ਹੈ ਇਸ ਨੂੰ ਜੀਵਨ ਦਾ ਕੋਈ ਮਕਸਦ ਨਹੀਂ ਹੈ ਇਹ ਲਾਈਫ ਖਤਮ ਹੋ ਜਾਣੀ ਚਾਹੀਦੀ ਹੈ ਅਸੀਂ ਦੇਖਦੇ ਹਾਂ ਕਿ ਕੁਛ ਟਾਈਮ ਤੋਂ ਬਾਅਦ ਹੀ ਉਸ ਬੰਦੇ ਨੂੰ ਆਪਣੇ ਸਰੀਰ ਛੋੜ ਦੇ ਦੋ ਤਿੰਨ ਮਹੀਨੇ ਵਿੱਚ ਐਸੇ ਵੀ ਐਗਜ਼ਾਮਪਲ ਹੈਗੇ ਨੇ ਜੋ ਕੈਂਸਰ ਦੇ ਨਾਲ ਸਫ਼ਰ ਕਰ ਰਹੇ ਨੇ ਅਤੇ ਡਾਕਟਰਾਂ ਨੇ ਕਹਿ ਦਿੱਤਾ ਹੈ ਕਿ ਇਹ ਲਾਸਟ ਸਟੇਜ ਹੈ ਜੇ ਕੈਂਸਰ ਦੀ ਤੂੰ ਬਚ ਨਹੀਂ ਸਕਦਾ ਐਸਾ ਐਗਜ਼ਾਮਪਲ ਇੱਕ ਹੈਗਾ ਵੀ ਹੈ ਇੱਕ ਸਾਡੇ ਜਾਣ ਪਹਿਚਾਣ ਦੇ ਹੈਗੇ ਨੇ ਇੱਕ ਭੈਣ ਜੀ ਉਹਨਾਂ ਨੂੰ ਕੈਂਸਰ ਸੀਗਾ ਅਤੇ ਉਹ ਕੀ ਕਹਿੰਦੇ ਨੇ ਕਿ ਬਈ ਜਦੋਂ ਉਹਨਾਂ ਨੂੰ ਇਹ ਡਾਇਗਨੋਸ ਹੋਇਆ ਕਿ ਉਹਨਾਂ ਨੂੰ ਕੈਂਸਰ ਹੈਗਾ ਅਤੇ ਡਾਕਟਰਾਂ ਨੇ ਕਹਿ ਦਿੱਤਾ ਹੈ ਕਿ ਹੁਣ ਤੁਸੀਂ ਜ਼ਿਆਦਾ ਟਾਈਮ ਜੀਣ ਵਾਲੇ ਨਹੀਂ ਹੈਗੇ ਹੋ ਅਤੇ ਉਹ ਭੈਣ ਜੀ ਕੀ ਕਹਿੰਦੇ ਨੇ ਕਿ ਉਹਨਾਂ ਦੇ ਮਨ ਵਿੱਚ ਆਉਂਦਾ ਹੈ ਕਿ ਮੇਰੇ ਤਾਂ ਛੋਟੇ ਛੋਟੇ ਬੱਚੇ ਹੈਗੇ ਨੇ ਅਤੇ ਉਹ ਅਗਰ ਮੈਂ ਅਗਰ ਕੈਂਸਰ ਦੇ ਨਾਲ ਅਗਰ ਮੇਰੀ ਮ੍ਰਿਤੂ ਹੋ ਗਈ ਅਤੇ ਮੇਰੇ ਨਾਲ ਹੋਰ ਕਿਉਂਕਿ ਉਹਨਾਂ ਦੇ ਹਸਬੈਂਡ ਵੀ ਨਹੀਂ ਸੀ ਅਤੇ ਮੇਰਾ ਅੱਗੇ ਬੱਚਿਆਂ ਦਾ ਕੀ ਹੋਏਗਾ ਉਹਨਾਂ ਦੇ ਲਾਜ਼ਮੀ ਇਹ ਸਵਾਲ ਇਹ ਚੀਜ਼ ਮਨ 'ਚ ਆਏਗੀ ਆਏਗੀ ਅਤੇ ਮੈਂ ਸਰੀਰ ਨੂੰ ਅਜੇ ਨਹੀਂ ਛੱਡ ਸਕਦੀ ਅਤੇ ਮੈਂ ਅਜੇ ਨਹੀਂ ਆਪਣੇ ਘਰ ਪਰਿਵਾਰ ਨੂੰ ਇਸੇ ਛੱਡ ਕੇ ਜਾ ਸਕਦੀ ਮੈਨੂੰ ਕੁਛ ਨਹੀਂ ਹੋ ਸਕਦਾ ਜਦ ਤੱਕ ਮੇਰੇ ਬੱਚੇ ਲਾਇਕ ਨਾ ਬਣ ਜਾਣ ਮੈਂ ਕਿੱਥੇ ਨਹੀਂ ਜਾ ਰਹੀ ਮੈਂ ਇੱਥੇ ਮੈਨੂੰ ਕੁਛ ਵੀ ਨਹੀਂ ਹੋਏਗਾ ਜਦਕਿ ਉਹ ਕੈਂਸਰ ਦੇ ਲਾਸਟ ਸਟੇਜ ਦੇ ਵਿੱਚ ਸੀ ਅਤੇ ਯਕੀਨ ਜਾਣਨਾ ਸਾਧ ਸੰਗਤ ਜੀ ਉਹ ਭੈਣ ਜੀ ਜਦ ਤੱਕ ਉਹਨਾਂ ਦੇ ਬੱਚੇ ਲਾਇਕ ਮਤਲਬ 18-20 ਸਾਲ ਦੇ ਉਹਨੇ ਸਟੱਡੀ ਉਹਨਾਂ ਨੇ ਕਰਵਾਈ ਆਪਣੇ ਬੱਚਿਆਂ ਨੂੰ ਵੱਡਾ ਕਰ ਦਿੱਤਾ
ਆਪਣੇ ਆਪਣੇ ਫੀਲਡ ਦੇ ਵਿੱਚ ਉਹ ਜਦ ਤੱਕ ਉਹ ਨਹੀਂ ਚਲੇ ਗਏ ਉਹ ਬਿਲਕੁਲ ਸਹੀ ਸੀ, ਬਿਲਕੁਲ ਠੀਕ ਸਟੇਬਲ ਰਹੀ ਆਪਣੀ ਲਾਈਫ ਦੇ ਵਿੱਚ, ਜਦਕਿ ਡਾਕਟਰਾਂ ਨੇ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਜ਼ਿਆਦਾ ਟਾਈਮ ਬਚਣ ਵਾਲੇ ਨਹੀਂ। ਉਸ ਤੋਂ ਬਾਅਦ ਜਦੋਂ ਉਹ ਪੂਰਾ ਸੈਟਲ ਹੋ ਗਏ ਬੱਚੇ ਉਹਨਾਂ ਦੇ, ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ। ਤੇ ਇਸ ਨੂੰ ਕੀ ਕਹੋਗੇ, ਕਿਉਂਕਿ ਡਾਕਟਰਾਂ ਨੇ ਸਾਇੰਸ ਮੈਡੀਕਲ ਸਾਇੰਸ ਨੇ ਕਹਿ ਦਿੱਤਾ ਸੀ ਕਿ ਤੁਹਾਡਾ ਤਾਂ ਸਮਾਂ ਆ ਗਿਆ, ਪਰ ਸਾਡੇ ਵਿਚਾਰਾਂ ਦੇ ਵਿੱਚ ਇਤਨੀ ਸ਼ਕਤੀ ਹੈ ਜਿਸ ਨੂੰ ਅਸੀਂ ਇਤਨਾ ਮਹੱਤਵ ਦਿੰਦੇ ਨਹੀਂ ਹਾਂ ਜਿਤਨਾ ਸਾਨੂੰ ਦੇਣਾ ਚਾਹੀਦਾ ਹੈ। ਔਰ ਗੁਰਬਾਣੀ ਸਾਨੂੰ ਜੋੜਦੀ ਹੀ ਆਪਣੇ ਮਨ ਦੇ ਨਾਲ ਹੈ ਕਿ ਸਾਨੂੰ ਆਪਣੇ ਮਨ ਨੂੰ ਜੋੜਨਾ ਉਸ ਅਕਾਲ ਪੁਰਖ ਦੇ ਨਾਲ, ਕਿਉਂਕਿ ਇਤਨੀ ਨੈਗੇਟਿਵਿਟੀ, ਇਤਨੀ ਇਨਫੋਰਮੇਸ਼ਨ ਅੱਜ ਟੈਕਨੋਲੋਜੀ ਕਰਕੇ ਹੈਗੀ ਹੈ ਸਾਡੇ ਆਸ ਪਾਸ, ਭਾਵੇਂ ਉਹ ਮੋਬਾਈਲ ਹੋਵੇ, ਭਾਵੇਂ ਟੈਲੀਵਿਜ਼ਨ ਹੋਵੇ, ਵਟਸਐਪ ਹੋਵੇ, ਕੁਛ ਵੀ ਹੋਵੇ, ਅਸੀਂ ਉਸ ਦੇ ਵਿੱਚ ਇਤਨਾ ਜ਼ਿਆਦਾ ਇਨਵੋਲਵ ਹੋ ਗਏ ਹਾਂ, ਉਸ ਇਨਫੋਰਮੇਸ਼ਨ ਨੂੰ ਇਤਨਾ ਜ਼ਿਆਦਾ ਗ੍ਰਹਿਣ ਕਰਕੇ ਆਪਣੇ ਉਸਨੂੰ ਬਿਨਾਂ ਛਾਟੇ ਹੋਏ ਇਨਫੋਰਮੇਸ਼ਨ ਨੂੰ ਆਪਣੇ ਅੰਦਰ ਲੈ ਕੇ ਜਾ ਰਹੇ ਹਾਂ, ਉਹਦੇ ਨਾਲ ਸਾਡੀ ਜਿਹੜੀ ਬੈਟਰੀ, ਆਤਮਾ ਦੀ ਬੈਟਰੀ ਹੈ ਉਹ ਡਾਊਨ ਹੁੰਦੀ ਪਈ। ਉਹਦੇ ਕਰਕੇ ਹੀ ਅਸੀਂ ਜਿਸ ਨੂੰ ਯਾਦ ਕਰਨਾ ਪਰਮਾਤਮਾ ਨੂੰ, ਜਿਹਦੇ ਥਰੂ ਸਾਨੂੰ ਕੱਲ ਕਲੇਸ਼ ਆਪਣੇ ਪਰਿਵਾਰਾਂ ਤੋਂ ਸਾਡੇ ਸੁੱਖ ਸ਼ਾਂਤੀ ਜਿਹੜੀ ਆ ਉਹ ਆ ਸਕਦੀ ਹੈ ਜਾਂ ਕੱਲ ਕਲੇਸ਼ ਨਿਕਲ ਸਕਦੇ ਨੇ, ਉਹ ਅਸੀਂ ਨਹੀਂ ਕਰ ਪਾ ਰਹੇ। ਸਾਨੂੰ ਸਿਰਫ ਇਤਨਾ ਕਰਨਾ ਹੈ ਆਪਣੇ ਮਨ ਦੀ ਚੈਕਿੰਗ ਕਰਨੀ, ਆਪਣੇ ਮਨ ਦੀ ਚੈਕਿੰਗ ਕਰਨੀ ਹੈ। ਪਰਮਾਤਮਾ ਨੂੰ ਤਾਂ ਅਸੀਂ ਬਾਅਦ ਵਿੱਚ ਯਾਦ ਕਰਾਂਗੇ, ਸਭ ਤੋਂ ਪਹਿਲਾਂ ਅਸੀਂ ਆਪਣੇ ਵੱਲ ਧਿਆਨ ਲੈ ਕੇ ਆਉਣਾ। ਤੁਸੀਂ ਸੁਣਿਆ ਹੋਵੇਗਾ ਮਸਕੀਨ ਜੀ ਦੀ ਕਥਾ ਦੇ ਵਿੱਚ ਵੀ ਕਿ ਅੱਜ ਮਨੁੱਖ ਜਿਤਨਾ ਦੂਜਿਆਂ ਬਾਰੇ ਜਾਣਦਾ ਹੈ, ਆਪਣੇ ਮਾਤਾ ਪਿਤਾ ਬਾਰੇ ਜਾਣਦਾ ਹੈ, ਆਪਣੇ ਪਤੀ ਆਪਣੇ ਪਤਨੀ ਬਾਰੇ ਜਿਤਨਾ ਜਾਣਦਾ ਹੈ, ਆਪਣੇ ਬਾਰੇ ਨਹੀਂ ਜਾਣਦਾ। ਜਦ ਤੱਕ ਅਸੀਂ ਆਪਣੇ ਕਰੀਬ ਨਹੀਂ ਆਵਾਂਗੇ, ਆਪਣੇ ਕਲੋਜ਼ ਆਤਮਿਕ ਸਥਿਤੀ ਦੇ ਵਿੱਚ ਨਹੀਂ ਆਵਾਂਗੇ, ਕਿਉਂਕਿ ਸਾਡੀ ਅਸਲੀ ਪਹਿਚਾਣ ਹੀ ਆਤਮਾ ਹੈ, ਜੋਤ ਸਰੂਪ ਹੀ ਸਾਡੀ ਪਹਿਚਾਣ ਹੈ। ਜਦ ਤੱਕ ਅਸੀਂ ਆਪਣੇ ਕਰੀਬ ਨਹੀਂ ਆਵਾਂਗੇ, ਅਸੀਂ ਪਰਮਾਤਮਾ ਦੇ ਕਰੀਬ ਨਹੀਂ ਆ ਸਕਦੇ। ਜਿਤਨਾ ਅਸੀਂ ਦੂਜਿਆਂ ਦੇ ਬਾਰੇ, ਅਗਰ ਉਸ ਉਹਨਾਂ ਦੇ ਔਗੁਣਾਂ ਦੇ ਬਾਰੇ ਵਿੱਚ ਹੀ ਵਿਚਾਰਦੇ ਰਹਾਂਗੇ, ਸਾਡੇ ਮਨ ਦੇ ਵਿੱਚ ਹਲਚਲ ਬਣੀ ਰਹੇਗੀ। ਤੇ ਅਗਰ ਅਸੀਂ ਆਪਣੇ ਮਨ ਨੂੰ ਪਰਮਾਤਮਾ ਦੇ ਨਾਲ ਜੋੜਨਾ ਹੈ, ਸਭ ਤੋਂ ਪਹਿਲਾਂ ਆਪਣੀ ਪਹਿਚਾਣ ਹੋਣੀ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਅਸੀਂ ਦੇਖਿਆ ਕਿ ਮਨ, ਗੁਰਬਾਣੀ ਕਹਿੰਦੀ ਹੈ ਕਿ ਸਭ ਕੁਛ ਕਰਮ ਹੈ, ਬਾਹਰ ਨਾਹੀ, ਬਾਹਰ ਟੋਲੇ ਸੋ ਪਰਮ ਬੁਲਾਹੀ। ਅਸੀਂ ਸ਼ਾਂਤੀ ਨੂੰ ਲੱਭ ਰਹੇ ਹਾਂ, ਸੁੱਖ ਨੂੰ ਲੱਭ ਰਹੇ ਹਾਂ ਬਾਹਰ, ਬਾਹਰੀ ਰੂਪ ਦੇ ਵਿੱਚ। ਅਸੀਂ ਸੋਚਦੇ ਹਾਂ ਸਾਨੂੰ ਇਹ ਵੱਡੀ ਕੋਈ ਗੱਡੀ ਮਿਲ ਜਾਵੇ, ਜਾਂ ਕੋਈ ਵੱਡਾ ਅਸੀਂ ਮਕਾਨ ਖਰੀਦ ਲਈਏ, ਪ੍ਰੋਪਰਟੀ ਖਰੀਦ ਲਈਏ, ਤੇ ਅਸੀਂ ਸੁਖੀ ਹੋ ਜਾਵਾਂਗੇ। ਪਰ ਅਸੀਂ ਦੇਖਦੇ ਹਾਂ ਕਿ ਅੱਜ ਜਿਹੜੇ ਮਹਿਲਾਂ ਦੇ ਵਿੱਚ ਵੀ ਰਹਿ ਰਹੇ ਨੇ, ਉਹਨਾਂ ਨੂੰ ਵੀ ਦੁੱਖ ਸੰਤਾਪ ਪਰੇਸ਼ਾਨੀ ਹੈਗੀ ਹੈ। ਉਹ ਵੀ ਕੁਛ ਨਾ ਕੁਛ, ਉਹ ਸੋਣ ਦੇ ਵਾਸਤੇ ਵੀ ਕੁਛ ਦਵਾਈ ਲੈ ਕੇ ਤੇ ਤਾਂ ਸੋ ਰਹੇ ਨੇ, ਉਹਨਾਂ ਨੂੰ ਨੀਂਦਰ ਵੀ ਨਹੀਂ ਆ ਰਹੀ, ਜੋ ਇਤਨੇ ਅੱਛੇ ਅੱਛੇ ਵੱਡੇ ਵੱਡੇ ਮਕਾਨਾਂ ਦੇ ਵਿੱਚ, ਜਾਂ ਫਿਰ ਇਤਨਾ ਉਹਨਾਂ ਕੋਲ ਪ੍ਰੋਪਰਟੀ, ਇਤਨਾ ਕੁਛ ਹੈਗਾ, ਬੈਂਕ ਬੈਲੈਂਸ ਹੈਗਾ, ਪਰ ਉਹ ਉਹਨਾਂ ਦਾ ਮਨ ਦੇ ਵਿੱਚ ਸ਼ਾਂਤੀ ਨਹੀਂ,
ਕਿਉਂਕਿ ਸ਼ਾਂਤੀ ਐਸੀ ਚੀਜ਼ ਹੈ ਜੋ ਅਸੀਂ ਸੋਚਦੇ ਹਾਂ ਕਿ ਸਾਨੂੰ ਸਥੂਲ ਚੀਜ਼ਾਂ ਦੇ ਵਿੱਚ ਮਿਲੇਗੀ। ਸੁੱਖ ਐਸੀ ਚੀਜ਼ ਅਸੀਂ ਸੋਚਦੇ ਹਾਂ ਕਿ ਅਸੀਂ ਕੁਛ ਗੱਡੀ ਖਰੀਦ ਲਈਏ ਜਾਂ ਕੁਛ ਐਸਾ ਵੱਡੀ ਕੋਈ ਚੀਜ਼ ਲੈ ਲਈਏ ਅਤੇ ਉਹਦੇ ਨਾਲ ਸਾਨੂੰ ਸੁੱਖ ਸ਼ਾਂਤੀ ਮਿਲੇਗੀ। ਪਰ ਯਕੀਨ ਜਾਣਨਾ ਸਾਧ ਸੰਗਤ ਜੀ, ਸਥਾਈ ਸੁੱਖ ਸਥਾਈ ਸ਼ਾਂਤੀ ਉਹ ਮਟੀਰੀਅਲ ਚੀਜ਼ਾਂ ਦੇ ਵਿੱਚ ਸਾਨੂੰ ਕਦੇ ਵੀ ਮਿਲ ਨਹੀਂ ਸਕਦਾ, ਕਦੇ ਵੀ ਨਹੀਂ ਮਿਲ ਸਕਦਾ, ਕਿਉਂਕਿ ਉਹ ਆਤਮਿਕ ਸੁੱਖ ਹੈਗਾ, ਆਤਮਿਕ ਸ਼ਾਂਤੀ ਹੈ। ਅਸੀਂ ਜਿਤਨਾ ਉਸਨੂੰ ਬਾਹਰ ਲੱਭਾਂਗੇ, ਅਸੀਂ ਲੱਭ ਲੱਭ ਕੇ ਭਾਵੇਂ ਉਸਨੂੰ ਆਪਣੇ ਘਰ ਵੀ ਲੈ ਆਈਏ, ਪਰ ਸਾਡੇ ਮਨ ਦੇ ਵਿੱਚ ਉਹ ਸੁੱਖ ਉਹ ਸ਼ਾਂਤੀ ਜਿਹੜੀ ਹੈ ਉਹ ਫਿਰ ਵੀ ਮਿਸਿੰਗ ਹੀ ਰਹੇਗੀ। ਅਸੀਂ ਜਿਤਨਾ ਵੀ ਉਸਨੂੰ ਬਾਹਰ ਲੱਭ ਲਈਏ ਉਹ ਸਾਡੇ ਅੰਦਰ ਹੀ ਰਹੇਗੀ। ਸਭ ਕੁਝ ਕਰਮ ਹੈ, ਬਾਹਰ ਨਹੀਂ। ਹੁਣ ਮੇਨ ਗੱਲ ਇਹ ਹੈ ਕਿ ਅਗਰ ਅਸੀਂ ਉਸ ਸ਼ਾਂਤੀ ਨੂੰ ਜਾਂ ਉਸ ਸੁੱਖ ਨੂੰ ਆਪਣੇ ਜੀਵਨ ਦੇ ਵਿੱਚ ਲਿਆਉਣਾ ਹੈ ਤਾਂ ਉਹ ਕਿਸ ਤਰ੍ਹਾਂ ਲਿਆਈਏ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਬੇਸਿਕ ਚੀਜ਼ਾਂ ਦੇ ਉੱਪਰ ਧਿਆਨ ਦੇਣਾ ਪਏਗਾ ਆਪਣੇ ਮਨ ਦੀ, ਕਿ ਸਾਡਾ ਮਨ ਜੋ ਅਸੀਂ ਸੰਕਲਪ ਦੇ ਬਾਰੇ ਗੱਲ ਕੀਤੀ ਕਿ ਚਾਰ ਤਰ੍ਹਾਂ ਦੇ ਸੰਕਲਪ ਸਾਡੇ ਅੰਦਰ ਪੂਰਾ ਦਿਨ ਹੀ ਚੱਲਦੇ ਰਹਿੰਦੇ ਨੇ। ਪੋਜ਼ਿਟਿਵ ਸੰਕਲਪ, ਨੈਗੇਟਿਵ, ਵਿਅਰਥ ਸੰਕਲਪ, ਪੂਰਾ ਦਿਨ ਅਸੀਂ ਦੇਖਦੇ ਹਾਂ, ਜਾਂ ਅਸੀਂ ਪੁਰਾਣੇ ਕੁਛ ਗੱਲਾਂ 'ਤੇ ਸੋਚ ਰਹੇ ਹਾਂ ਜਾਂ ਕੁਛ ਅਸੀਂ ਨੈਗੇਟਿਵ ਸੋਚ ਰਹੇ ਹਾਂ, ਇਸ ਤਰ੍ਹਾਂ ਕਰਕੇ ਪੂਰਾ ਦਿਨ ਅਸੀਂ ਕੁਛ ਨਾ ਕੁਛ ਵਿਚਾਰ ਕਰ ਰਹੇ ਹਾਂ। ਪਹਿਲਾਂ ਤਾਂ ਉਸ ਕੁਆਲਿਟੀ ਆਫ ਥੋਟ ਨੂੰ ਚੈੱਕ ਕਰਨਾ ਹੈ ਅਸੀਂ ਕਿ ਉਸਨੂੰ ਅਸੀਂ ਜਿਸ ਤਰ੍ਹਾਂ ਅਸੀਂ ਚਾਰ ਸੰਕਲਪ ਦੇ ਬਾਰੇ ਗੱਲ ਕੀਤੀ, ਇੱਕ ਸੰਕਲਪ ਹੋਰ ਵੀ ਹੈਗਾ, ਇੱਕ ਕੈਟੇਗਰੀ ਹੋਰ ਵੀ ਹੈਗੀ ਹੈ, ਉਹ ਹੈ ਸ਼੍ਰੇਸ਼ਟ ਸੰਕਲਪ, ਐਲੀਵੇਟਿਡ ਥੋਟਸ, ਜੋ ਕਿ ਗੁਰਬਾਣੀ ਸਾਨੂੰ ਪ੍ਰੋਵਾਈਡ ਕਰਾਉਂਦੇ ਹਨ। ਕਿਉਂਕਿ ਅਸੀਂ ਸਿਰਫ ਸੁਣ ਕੇ ਉਸਨੂੰ ਅਗਰ ਅਸੀਂ ਆਪਣੀ ਲਾਈਫ ਦੇ ਵਿੱਚ ਧਾਰਨ ਨਾ ਕਰੀਏ ਤਾਂ ਫਿਰ ਜਿਸ ਤਰ੍ਹਾਂ ਪਹਿਲਾਂ ਮੈਂ ਬਿਆਨ ਕੀਤਾ ਕਿ ਉਹ ਸਿਰਫ ਇੱਕ ਥਿਊਰੀ ਹੈ, ਅਸੀਂ ਪ੍ਰੈਕਟੀਕਲ ਆਪਣੀ ਲਾਈਫ ਦੇ ਵਿੱਚ ਉਸਨੂੰ ਜੀਏ, ਮਤਲਬ ਅਸੀਂ ਜੀਂਦੇ ਨਹੀਂ ਪਏ। ਅਤੇ ਸਭ ਤੋਂ ਪਹਿਲਾਂ ਇਹ ਚੀਜ਼ ਧਿਆਨ ਰੱਖਣੀ ਹੈ ਕਿ ਸਾਡੀ ਜਿਹੜੀ ਪੂਰੇ ਦਿਨ ਦੇ ਵਿੱਚ ਅਸੀਂ ਆਪਣੇ ਵਿਚਾਰਾਂ ਦੇ ਉੱਪਰ ਅਟੈਂਸ਼ਨ ਰੱਖਣੀ ਹੈ ਅਤੇ ਅਸੀਂ ਸੋਚ ਕੀ ਰਹੇ ਹਾਂ। ਹਰ ਇੱਕ ਘੰਟੇ ਦੇ ਵਿੱਚ ਅਸੀਂ ਆਪਣੇ ਆਪ ਨੂੰ ਯਾਦ ਕਰਾਉਣਾ ਹੈ ਕਿ ਸਾਡੇ ਵਿਚਾਰ ਜਿਹੜੇ ਹੈਗੇ ਨੇ ਪਿਛਲੇ ਇੱਕ ਘੰਟੇ ਦੇ ਵਿੱਚ, ਕਿ ਅਸੀਂ ਕਿਸੇ ਦੇ ਬਾਰੇ ਬੁਰਾ ਸੋਚਿਆ, ਕਿ ਅਸੀਂ ਕਿਸੇ ਦੇ ਬਾਰੇ ਕਿਸੇ ਦੀ ਖਾਮੀਆਂ ਨੂੰ ਦੇਖਿਆ, ਇਹ ਸਾਡੀ ਚੈਕਿੰਗ ਹੈਗੀ ਹੈ। ਅਤੇ ਹੁਣ ਅਗਲੇ ਘੰਟੇ ਦੇ ਵਿੱਚ ਇਸ ਚੀਜ਼ ਦਾ ਧਿਆਨ ਰੱਖਦੇ ਹੋਏ ਆਪਣੇ ਆਪ ਨੂੰ ਯਾਦ ਕਰਵਾਉਂਦੇ ਹੋਏ ਕਿ ਮੈਂ ਉਸ ਸ਼ਾਂਤੀ ਦੇ ਸੰਕਲਪ ਹੀ ਰੱਖਣੇ ਨੇ ਅਤੇ ਦੂਜਿਆਂ ਨੂੰ ਵੀ ਉਹੀ ਤਰੰਗਾ ਮਿਲਣੀਆਂ ਚਾਹੀਦੀਆਂ ਨੇ। ਇਹ ਸੰਕਲਪ ਕਰਕੇ ਫਿਰ ਮੈਂ ਅਗਲਾ ਘੰਟਾ ਬਤੀਤ ਕਰਾਂ। ਹਰ ਇੱਕ ਘੰਟੇ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਕਿ ਕੁਛ ਐਸਾ ਅਲਾਰਮ ਲਗਾ ਲਈਏ ਆਪਣੇ ਮੋਬਾਈਲ 'ਚ ਲਗਾ ਲਈਏ ਜਾਂ ਕੁਛ ਆਪਣੇ ਆਪ ਨੂੰ ਯਾਦ ਕਰਵਾਉਣ ਦੇ ਵਿੱਚ ਲਈ ਕਿ ਅਸੀਂ ਸੋਚਣਾ ਕਿਸ ਤਰ੍ਹਾਂ ਦਾ। ਅਸੀਂ ਸੋਚ ਕਿ ਅਸੀਂ ਨੈਗੇਟਿਵ ਸੋਚ ਰਹੇ ਹਾਂ ਕਿ ਅਸੀਂ ਸਹੀ ਸੋਚ ਰਹੇ ਹਾਂ, ਪੋਜ਼ਿਟਿਵ ਸੋਚ ਰਹੇ ਹਾਂ। ਕਿਉਂਕਿ ਅਗਰ ਅਸੀਂ ਨੈਗੇਟਿਵ ਸੋਚਦੇ ਜਾਵਾਂਗੇ ਤਾਂ ਆਪਣੇ ਆਤਮਿਕ ਸ਼ਕਤੀ ਨੂੰ ਅਸੀਂ ਘਟਾਉਂਦੇ ਜਾਵਾਂਗੇ। ਅੱਜ ਤਾਂ ਹੀ ਤੁਸੀਂ ਦੇਖਦੇ ਹੋ ਕਿ ਕਿਉਂਕਿ ਸਾਡੇ ਅੰਦਰ ਉਹ ਸ਼ਕਤੀ ਨਹੀਂ ਹੈ, ਸਹਿਣ ਸ਼ਕਤੀ ਨਹੀਂ ਹੈ, ਜਾਂ ਕਹਿ ਲਓ ਕਿ ਅਸੀਂ ਦੇਖਦੇ ਹਾਂ ਰੋਡ ਦੇ ਵਿੱਚ ਆਮ ਤੌਰ 'ਤੇ ਕੀ ਹੁੰਦਾ,
ਆਪਸ ਚ ਲੋਕੀ ਛੋਟੀ ਛੋਟੀ ਗੱਲਾਂ ਤੇ ਲੜਨ ਲੱਗ ਪੈਂਦੇ ਨੇ। ਉਹਦਾ ਕਾਰਨ ਕੀ ਹੈ? ਆਤਮਿਕ ਸ਼ਕਤੀ ਨਹੀਂ ਹੈ। ਇੱਕ ਤੇ ਇਹ ਚੀਜ਼ ਹੈ ਕਿ ਅਸੀਂ ਆਪਣੇ ਮਨ ਦੀ ਸੂਖਮ ਚੈਕਿੰਗ ਕਰ ਸਕਦੇ ਹਾਂ ਹਰ ਇੱਕ ਘੰਟੇ ਦੇ ਵਿੱਚ, ਆਪਣੇ ਆਪ ਨੂੰ ਯਾਦ ਕਰਵਾਉਣਾ ਕਿ ਮੈਂ ਉਸ ਸ਼ਾਂਤੀ ਦੇ ਸਾਗਰ ਪਰਮਾਤਮਾ ਦੀ ਸੰਤਾਨ ਤੇ ਮੈਨੂੰ ਸ਼ਾਂਤ ਸਰੂਪ ਬਣ ਕੇ ਰਹਿਣਾ। ਦੂਜੀ ਚੀਜ਼ ਅਸੀਂ ਇਹ ਕਰ ਸਕਦੇ ਹਾਂ, ਜੋ ਅਸੀਂ ਦੇਖਦੇ ਹਾਂ ਅੱਜ ਕੱਲ੍ਹ ਜੋ ਭੌਤਿਕਤਾ ਹੈ, ਜੋ ਮਟੀਰੀਅਲਿਜ਼ਮ ਹੈ, ਉਸਦਾ ਮੇਨ ਕਾਰਨ ਕੀ ਹੈ? ਅੱਜ ਅਸੀਂ ਆਪਣਾ ਖਾਣ ਪਾਣ ਦੇਖੀਏ ਤੇ ਮੈਕਸੀਮਮ ਜਿੰਨੇ ਵੀ ਸਾਡੀ ਏਜ ਦੇ ਯੰਗਸਟਰਸ ਹੈਗੇ ਨੇ, ਅਸੀਂ ਕੀ ਪ੍ਰੈਫਰ ਕਰਦੇ ਹਾਂ? ਲੋਕੀ ਜਾਂਦੇ ਨੇ ਬਾਹਰ, ਜਾਂਦੇ ਨੇ ਰੈਸਟੋਰੈਂਟ ਵਿੱਚ, ਜਾਂਦੇ ਨੇ ਚਲੋ ਜੀ ਅੱਜ ਵੀਕਐਂਡ ਹੈਗਾ ਅਸੀਂ ਬਾਹਰੋਂ ਖਾਈਏ, ਤੇ ਉਹਦੇ ਨਾਲ ਕੀ ਹੁੰਦਾ? ਅਸੀਂ ਜਿਤਨਾ ਬਾਹਰੋਂ ਅੱਜ ਦੀ ਜਨਰੇਸ਼ਨ ਜਿਤਨਾ ਬਾਹਰੋਂ ਖਾ ਰਹੀ ਹੈ, ਉਤਨੀ ਪਹਿਲੇ ਦੀ ਜਨਰੇਸ਼ਨ ਕਦੇ ਵੀ ਬਾਹਰ ਖਾਣ ਦਾ ਕੁਛ ਸੋਚਦੇ ਵੀ ਨਹੀਂ ਸੀ। ਉਹ ਕੰਸੈਪਟ ਹੀ ਜਿਹੜੀ ਹੈ ਹੁਣ ਇਸ ਵਾਲੀ ਜਨਰੇਸ਼ਨ ਦਾ ਹੈਗਾ। ਤੇ ਬਾਹਰ ਜੋ ਅਸੀਂ ਰੈਸਟੋਰੈਂਟ ਵਿੱਚ ਖਾਣਾ ਖਾਂਦੇ ਹਾਂ ਜਾਂ ਫਿਰ ਬਾਹਰ ਕਿਸੇ ਥਾਂ ਤੋਂ ਖਾਣਾ ਖਾਂਦੇ ਹਾਂ, ਉਹ ਖਾਣਾ ਜੋ ਹੈ ਉਹ ਰੈਸਟੋਰੈਂਟ ਦੇ ਸ਼ੈਫ ਜਿਸ ਸਥਿਤੀ ਨਾਲ ਉਹ ਖਾਣਾ ਉਸ ਖਾਣੇ ਨੂੰ ਬਣਾਉਂਦੇ ਨੇ, ਉਹਨਾਂ ਦੇ ਮਨ 'ਚ ਕੀ ਚੱਲ ਰਿਹਾ ਹੁੰਦਾ ਹੈ? ਉਹਨਾਂ ਦੇ ਮਨ 'ਚ ਸਿਰਫ ਇਹੀ ਚੱਲ ਰਿਹਾ ਹੁੰਦਾ ਹੈ ਕਿ ਜਿਤਨੇ ਮੇਰੇ ਕੋਲ ਕਸਟਮਰ ਆਉਣਗੇ ਉਤਨਾ ਮੈਂ ਅਰਨ ਕਰਾਂਗਾ, ਉਨਾ ਮੈਂ ਕਮਾਵਾਂਗਾ। ਜਦੋਂ ਅਸੀਂ ਬਾਹਰੋਂ ਖਾਣਾ ਖਾਂਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਅਗਰ ਕੁਛ ਵੀ ਅਸੀਂ ਬਾਹਰੋਂ ਖਾਇਆ ਤਾਂ ਸਾਡੇ ਮਨ ਦੀ ਸਥਿਤੀ ਕਿਸ ਤਰ੍ਹਾਂ ਹੋ ਜਾਂਦੀ ਹੈ ਕਿ ਜਿਸ ਤਰ੍ਹਾਂ ਉਸ ਬਣਾਉਣ ਵਾਲੇ ਦੀ ਮਨ ਦੀ ਸਥਿਤੀ ਸੀ। ਅਗਰ ਉਸ ਦੇ ਮਨ ਦੀ ਸਥਿਤੀ ਸੀ ਕਿ ਮੈਂ ਕੁਛ ਕਮਾਉਣਾ ਹੈ, ਤੇ ਅੱਜ ਤੁਸੀਂ ਦੇਖੋਗੇ ਸਭ ਮੈਕਸੀਮਮ ਲੋਕਾਂ ਦੇ ਮਨ ਦੀ ਸਥਿਤੀ ਕੀ ਹੈ ਕਿ ਅਸੀਂ ਜਿਤਨਾ ਹੋ ਸਕੇ ਜੋੜ ਲਈਏ, ਪੈਸਾ ਚ ਕਮਾ ਲਈਏ। ਇਹ ਮਨ ਦੀ ਸਥਿਤੀ ਅੱਜ ਦੀ ਯਾਦ ਸਾਨੂੰ ਯਥਾਰਥ ਆਏ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਤੁਦ ਚਿਤ ਆਏ ਮਹਾ ਆਨੰਦਾ ਜਿਸ ਵਿਸਰੇ ਸੋ ਮਰ ਜਾਏ। ਕਹਿਣ ਤੋਂ ਭਾਵ ਹੈ ਕਿ ਜਦੋਂ ਅਸੀਂ ਪਰਮਾਤਮਾ ਦੀ ਯਾਦ ਸਾਨੂੰ ਆਉਂਦੀ ਹੈ ਤੇ ਅਸੀਂ ਮਹਾ ਆਨੰਦ ਨੂੰ ਐਕਸਪੀਰੀਅੰਸ ਕਰ ਸਕਦੇ ਹਾਂ ਆਪਣੀ ਲਾਈਫ ਦੇ ਵਿੱਚ। ਤੇ ਜਦੋਂ ਸਾਡੇ ਵਿੱਚ ਉਹ ਯਾਦ ਨਹੀਂ ਹੈ, ਕਿਉਂਕਿ ਇਹ ਸਮਾਂ ਇਸ ਤਰ੍ਹਾਂ ਦਾ ਹੈ, ਕਲਯੁਗ ਦਾ ਸਮਾਂ ਹੈ, ਤੇ ਨੈਗੇਟਿਵ ਆਉਣਾ ਲਾਜ਼ਮੀ ਹੈ, ਦੁੱਖ ਆਉਣਾ ਲਾਜ਼ਮੀ ਹੈ, ਕਿਉਂਕਿ ਸਾਡੇ ਆਸ ਪਾਸ ਇਤਨੀ ਇਨਫੋਰਮੇਸ਼ਨ ਨੈਗੇਟਿਵ ਹੈ ਕਿ ਅਸੀਂ ਨਾ ਚਾਹੁੰਦੇ ਹੋਏ ਵੀ ਉਸ ਨੈਗੇਟਿਵ ਦੇ ਪ੍ਰਭਾਵ ਵਿੱਚ ਆ ਜਾਵਾਂਗੇ। ਤੇ ਇਹਨਾਂ ਵਿਚਾਰਾਂ ਦੇ ਨਾਲ ਅਸੀਂ ਹੁਣ ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ। ਤੇ ਹੁਣ ਅਸੀਂ ਇਸ ਚੀਜ਼ ਨੂੰ ਜੋ ਅਸੀਂ ਹੁਣ ਤੱਕ ਪੂਰੀ ਵਿਚਾਰ ਕੀਤੀ ਹੈ ਤੁਹਾਡੇ ਨਾਲ ਸਾਂਝੀ, ਇਸ ਨੂੰ ਅਸੀਂ ਪ੍ਰੈਕਟੀਕਲ ਕਰਨਾ ਕਿਸ ਤਰ੍ਹਾਂ ਹੈ, ਅਸੀਂ ਪਰਮਾਤਮਾ ਨੂੰ ਯਾਦ ਕਿਸ ਤਰ੍ਹਾਂ ਕਰਨਾ ਹੈ, ਉਹ ਅਸੀਂ ਸੁਣਾਂਗੇ। ਹੁਣ ਸਾਡੇ ਵਿੱਚ ਦਮਨਪ੍ਰੀਤ ਜੀ, ਦਮਨਪ੍ਰੀਤ ਕੌਰ ਜੀ ਹੈਗੇ ਨੇ, ਤੇ ਉਹ ਆਪ ਜੀ ਨੂੰ 10 ਮਿੰਟ ਦੇ ਵਾਸਤੇ ਐਕਸਪੀਰੀਅੰਸ ਕਰਾਂਗੇ ਕਿ ਪਰਮਾਤਮਾ ਨੂੰ ਅਸੀਂ ਯਾਦ ਕਿਸ ਤਰ੍ਹਾਂ ਕਰਨਾ ਹੈ ਤੇ ਕਿੱਥੇ ਜਾ ਕੇ ਕਰਨਾ ਹੈ, ਕਿਉਂਕਿ
ਗੁਰਬਾਣੀ ਕਹਿੰਦੀ ਹੈ ਕਿ ਪਰਮਾਤਮਾ ਜਪਜੀ ਸਾਹਿਬ ਦੇ ਵਿੱਚ ਆਪ ਜੀ ਪੜ੍ਹਦੇ ਹੋ, ਸੱਚ ਖੰਡ ਵਸੈ ਨਿਰੰਕਾਰ, ਪਰਮਾਤਮਾ ਸੱਚ ਖੰਡ ਦੇ ਵਿੱਚ ਨਿਵਾਸ ਕਰਦੇ ਹਨ। ਇੱਕ ਤਰਫ ਗੁਰਬਾਣੀ ਕਹਿੰਦੀ ਹੈ ਸੋ ਦਰ ਕਿਹਾ ਸੋ ਕਰ ਕਿਹਾ, ਪਰਮਾਤਮਾ ਕਿੱਥੇ ਹੈ, ਸੋ ਦਰ ਕਿਹਾ ਸੋ ਕਰ ਕਿਹਾ ਜਿੱਤ ਬਹਿ ਸਰਬ ਸੰਭਾਲੇ, ਕਿੱਥੇ ਪਰਮਾਤਮਾ, ਜੋ ਉਹ ਦਰ ਕੈਸਾ ਹੈ ਉਹ ਕਰ ਕੈਸਾ ਹੈ। ਫਿਰ ਗੁਰੂ ਨਾਨਕ ਆਪ ਹੀ ਜਵਾਬ ਦਿੰਦੇ ਨੇ ਸੱਚ ਖੰਡ ਵਸੈ ਨਿਰੰਕਾਰ, ਪਰਮਾਤਮਾ ਦਾ ਨਿਵਾਸ ਸੱਚ ਖੰਡ ਦੇ ਵਿੱਚ ਹੈ, ਇਸ ਖੰਡ ਤੋਂ ਅਲੱਗ ਸੱਚ ਖੰਡ ਦੇ ਵਿੱਚ ਪਰਮਾਤਮਾ ਦਾ ਨਿਵਾਸ ਹੈ। ਉਸਨੂੰ ਯਾਦ ਕਿਸ ਤਰ੍ਹਾਂ ਕਰਨਾ ਹੈ, ਉਸ ਪ੍ਰਕਾਸ਼ ਸਰੂਪ ਪਰਮਾਤਮਾ ਨੂੰ ਯਾਦ ਕਿਸ ਤਰ੍ਹਾਂ ਕਰਨਾ ਹੈ, ਉਹ ਅਸੀਂ ਹੁਣ ਮੈਡੀਟੇਸ਼ਨ ਦੇ ਥਰੂ ਦਮਨਪ੍ਰੀਤ ਕੌਰ ਜੀ ਕੋਲੋਂ ਸਰਵਣ ਕਰਾਂਗੇ 10 ਮਿੰਟ ਵਾਸਤੇ। ਉਸ ਤੋਂ ਉਪਰੰਤ ਅਨੰਦ ਸਾਹਿਬ ਦਾ ਪਾਠ ਤੇ ਸਮਾਪਤੀ ਅਰਦਾਸ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਜਿਸ ਤਰ੍ਹਾਂ ਮੈਂ ਬੋਲਦੀ ਜਾਵਾਂਗੀ, ਉਸ ਤਰ੍ਹਾਂ ਤੁਸੀਂ ਉਹਨੂੰ ਆਪਣੇ ਮਨ ਬੁੱਧੀ ਨਾਲ ਵੇਖਣ ਦੀ, ਅਨੁਭਵ ਕਰਨ ਦੀ ਕੋਸ਼ਿਸ਼ ਕਰ ਜੂੰਗੀ। ਸਾਰੇ ਪਾਸੋਂ ਆਪਣਾ ਧਿਆਨ ਹਟਾ ਕੇ ਆਪਣੇ ਆਪ ਨੂੰ ਵੇਖਣ ਦਾ ਪ੍ਰਯਾਸ ਕਰੂੰਗਾ ਕਿ ਮੈਂ ਕੌਣ ਹਾਂ। ਇਸ ਸਰੀਰ ਨੂੰ ਚਲਾਉਣ ਵਾਲੀ, ਹਰ ਚੀਜ਼ ਨੂੰ ਮਹਿਸੂਸ ਕਰਨ ਵਾਲੀ, ਹਰ ਸੰਕਲਪ ਦੀ ਰਚਨਾ ਕਰਨ ਵਾਲੀ, ਮੈਂ ਜੋਤ ਸਰੂਪ ਚਮਕਦੀ ਹੋਈ ਆਤਮਾ ਹਾਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਚਮਕਦਾ ਹੋਇਆ ਸੂਖਸ਼ਮ ਬਿੰਦੂ ਜੋਤ ਮੱਥੇ ਦੇ ਵਿਸਕਾਰ ਵਿਰਾਜੀ ਹੋਈ ਇਹ ਸਰੀਰ ਦੀ ਮਾਲਿਕ, ਇਹ ਸਰੀਰ ਨੂੰ ਇੰਦਰੀਆਂ ਨੂੰ ਚਲਾਉਣ ਵਾਲੀ ਆਤਮਾ, ਸ਼ਾਂਤੀ ਇਸਦਾ ਆਪਣਾ ਗੁਣ ਹੈ, ਆਪਣਾ ਸੁਭਾਵ ਹੈ, ਆਪਣਾ ਸੰਸਕਾਰ ਹੈ। ਜੇ ਸ਼ਾਂਤੀ ਨੂੰ ਅਸੀਂ ਬਾਹਰ ਢੂੰਡਦੇ ਫਿਰਦੇ ਹਾਂ, ਉਹ ਸ਼ਾਂਤੀ ਦਾ ਸਵਰੂਪ ਮੈਂ ਹਾਂ, ਮੈਂ ਆਤਮਾ ਹਾਂ। ਮੱਥੇ ਦੇ ਵਿਸਕਾਰ ਵਿਰਾਜੀ ਹੋਈ ਆਤਮਾ ਹੁਣ ਇੱਕ ਰੂਹਾਨੀ ਯਾਤਰਾ ਸ਼ੁਰੂ ਕਰਦੀ ਹੈ। ਇਸ ਦੇਹ ਦੀ ਦੁਨੀਆਂ ਤੋਂ ਪਾਰ, ਆਕਾਸ਼ ਤੋਂ ਵੀ ਪਾਰ, ਚੰਨ ਸਿਤਾਰੇ ਸੂਰਜ ਦੀ ਦੁਨੀਆਂ ਤੋਂ, ਸਪੇਸ ਤੋਂ ਵੀ ਪਾਰ, ਉੱਪਰ ਦੀ ਓਰ ਪਰਮਾਤਮਾ ਦੇ ਕੋਲ ਇਹ ਆਤਮਾ ਆਪਣਾ ਸਫ਼ਰ ਤੈਅ ਕਰਦੀ ਹੈ। ਵੇਖੋ ਆਪਣੇ ਆਪ ਨੂੰ ਚਮਕਦੀ ਹੋਈ ਆਤਮਾ ਉੱਪਰ ਦੀ ਓਰ ਉੱਡਦੀ ਹੋਈ ਸੱਚਖੰਡ ਪਹੁੰਚਦੀ ਹੈ, ਜਿੱਥੇ ਚਾਰੋ ਹੋਰ ਪ੍ਰਕਾਸ਼ ਹੀ ਪ੍ਰਕਾਸ਼ ਹੈ, ਕਿਉਂਕਿ ਉੱਥੇ ਪ੍ਰਕਾਸ਼ ਦਾ ਪੁੰਜ ਪਰਮਾਤਮਾ ਵਿਰਾਜਿਆ ਹੋਇਆ। ਸ਼ਾਂਤੀ ਦਾ ਸਾਗਰ ਉੱਥੇ ਹੈ,
ਉਸ ਸ਼ਾਂਤੀ ਦੇ ਸਾਗਰ ਦੇ ਸਨਮੁਖ ਆ ਕੇ ਮੈਂ ਆਤਮਾ ਬੈਠੀ ਹਾਂ। ਆਪਣੇ ਪਰਮ ਪਿਤਾ ਪਰਮਾਤਮਾ ਦੇ ਸਾਹਮਣੇ ਮੈਂ ਬੈਠੀ ਹਾਂ। ਇਹਨਾਂ ਦੇ ਨਾਲ ਮੈਂ ਆਪਣਾ ਜੋ ਵੀ ਸੰਬੰਧ ਜੋੜਨਾ ਚਾਹੁੰਦੀ ਹਾਂ, ਚਾਹੇ ਉਹ ਮੇਰੇ ਮਾਤ ਪਿਤਾ ਦਾ ਹੋਵੇ, ਭਾਵੇਂ ਉਹ ਮੇਰੇ ਭਰਾ ਭੈਣ ਕਿਸੇ ਬੱਚੇ ਦਾ ਜਾਂ ਕਿਸੇ ਵੀ ਤਰ੍ਹਾਂ ਦਾ ਮਿੱਤਰ ਦਾ ਕੋਈ ਵੀ ਰਿਸ਼ਤਾ ਹੋਵੇ, ਉਹ ਰਿਸ਼ਤਾ ਮੈਂ ਆਤਮਾ ਉਸ ਪਰਮਾਤਮਾ ਦੇ ਨਾਲ ਪਰਮ ਧਾਮ ਵਿੱਚ ਸੱਚਖੰਡ ਵਿੱਚ ਅਨੁਭਵ ਕਰਦੀ ਹਾਂ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭ ਨੀ ਥਾਈ, ਤਾਂ ਪਾਉ ਕਿਹਾ ਕਾੜਾ ਜੀ। ਸ਼ਾਂਤੀ ਦੇ ਸਾਗਰ ਤੋਂ ਸ਼ਾਂਤੀ ਦੀਆਂ ਕਿਰਨਾਂ ਨਿਕਲਦੀਆਂ ਹੋਈਆਂ ਮੇਰੇ ਉੱਤੇ ਪੈ ਰਹੀਆਂ ਨੇ, ਉਸ ਸ਼ਾਂਤੀ ਦਾ ਅਨੁਭਵ ਮੈਂ ਕਰ ਰਹੀ ਹਾਂ। ਸ਼ਾਂਤੀ ਤੇ ਪਵਿੱਤਰਤਾ ਦੇ ਸਾਗਰ ਦੀਆਂ ਕਿਰਨਾਂ ਮੇਰੇ ਤਨ ਦੇ ਕਣ ਕਣ ਵਿੱਚ ਜਾ ਰਹੀਆਂ ਤੇ ਉਹਨੂੰ ਨਿਰੋਗੀ ਬਣਾਉਂਦੀ ਪਈ। ਸ਼ਾਂਤੀ ਤੋਂ ਭਰਪੂਰ, ਗਿਆਨ ਤੋਂ ਭਰਪੂਰ, ਪਰਮਾਤਮਾ ਦੇ ਪਿਆਰ ਤੋਂ ਭਰਪੂਰ ਮੈਂ ਆਤਮਾ ਹੁਣ ਵਾਪਸ ਇਸ ਦੇਹ ਦੀ ਦੁਨੀਆਂ ਦਾ ਸਫ਼ਰ ਸ਼ੁਰੂ ਕਰਦੀ ਹਾਂ। ਪਰਮ ਧਾਮ ਤੋਂ ਪਾਰ, ਸੂਰਜ ਚੰਦ ਸਿਤਾਰਿਆਂ ਨੂੰ ਪਾਰ ਕਰਦੇ ਹੋਏ ਇਸ ਦੇਹ ਦੀ ਦੁਨੀਆਂ ਵਿੱਚ ਆਉਂਦੀ ਹਾਂ। ਮੈਂ ਚਮਕਦੀ ਹੋਈ ਆਤਮਾ ਇਸ ਸਫ਼ਰ ਤੈਅ ਕਰਨ ਤੋਂ ਬਾਅਦ ਇਸ ਦੇਹ ਦੇ ਵਿੱਚ ਮੱਥੇ ਦੇ ਵਿਸਕਾਰ ਆਪਣੇ ਸਥਾਨ 'ਤੇ ਆ ਕੇ ਬੈਠੀ ਹਾਂ। ਹੁਣ ਮੈਂ ਪਰਮਾਤਮਾ ਦੀਆਂ ਸ਼ਕਤੀਆਂ ਤੋਂ ਭਰਪੂਰ ਹੋ ਕੇ ਤਿਆਰ ਹਾਂ ਕਿ ਮੈਂ ਆਪਣੇ ਪਰਿਵਾਰ ਨੂੰ ਸੁੱਖ ਸ਼ਾਂਤੀ ਨਾਲ, ਸਦਭਾਵਨਾ ਨਾਲ ਭਰਪੂਰ ਕਰਦਾ, ਆਪਣੇ ਘਰ ਨੂੰ ਹਰਿਮੰਦਰ ਬਣਾਉਂਦਾ ਤੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਦਾ। ਸ਼ਾਂਤੀ ਔਰ ਪਿਆਰ ਦੇ ਸਾਗਰ ਪਰਮਾਤਮਾ ਨੇ ਸਾਰੇ ਗੁਣ ਭਰੇ ਨੇ ਮੁਝ ਆਤਮਾ ਵਿੱਚ। ਵਾਹਿਗੁਰੂ, 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।